ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਆਮਨ ਸਿੰਘ ਪਖੋਕੇ ਸੋ ਪਿਛਲੇ ਦੋ ਹਫ਼ਤੇ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਡਾਇਬੀਟੀਜ਼ ਦੀ ਜਿਦਾਂ ਆਪਾਂ ਪਖਿਆ ਡਾਇਬੀਟੀਜ਼ ਕੀ ਆ ਇੱਕ ਸ਼ੂਗਰ ਜਿਹੜੀ ਰੈਗੂਲੇਸ਼ਨ ਜਿਹੜੀ ਤੁਹਾਡੇ ਸਰੀਰ ਦੀ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਤੁਹਾਡੇ ਜਿਹੜੇ ਆ ਖੂਨ ਚ ਸ਼ੂਗਰ ਵੱਧ ਜਾਂਦੀ ਆ ਜਿਹੜਾ ਤੁਹਾਡੀਆਂ ਅੰਦਰਾਂ ਵਾਂ ਉਹ ਭੁੱਖਿਆ ਰਹਿ ਜਾਂਦੀਆਂ ਵਾਂ ਉਹ ਜਿਹੜੀ ਸ਼ੂਗਰ ਤੁਹਾਡੇ ਖੂਨ ਚ ਜ਼ਿਆਦਾ ਹੋਣ ਕਰਕੇ ਅਲੱਗ-ਅਲੱਗ ਆਰਗਨਸ ਨੂੰ ਡੈਮੇਜ ਕਰਦੀ ਆ ਸੋ ਇਹ ਡਾਇਬੀਟੀਜ਼ ਉਹ ਸੋ ਡਾਇਬੀਟਿਸ ਨੂੰ ਚੈੱਕ ਕਿਦਾਂ ਕਰ ਸਕਦੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਐਚ ਬੀਏ1ਸੀ ਕਰੇ ਜਿਹੜਾ ਫਿੰਗਰ ਸਟਿੱਕ ਦੇ ਬਾਰੇ ਗੱਲ ਕੀਤੀ ਬਾਕੀ ਅਸੀਂ ਕਹਾ ਕਿ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰੋ ਕਿਉਂਕਿ ਡਾਇਬੀਟਿਸ ਕੱਲਿਆ ਮਾਰਦੀ ਆ ਪਰ ਜਦੋਂ ਨਾਲ ਉੱਪਰ ਬਲੱਡ ਪ੍ਰੈਸ਼ਰ ਐਡ ਕਰ ਦਿੰਦੇ ਆ ਤਾਂ ਉਹ ਜਿਹੜੇ ਤੁਹਾਡੇ ਮਾੜੇ ਅਸਰ ਆ ਡਾਇਬੀਟਿਸ ਦੇ ਉਹ ਹੋਰ ਵੱਜ ਜਾਂਦੇ ਆ ਸੋ ਬਲੱਡ ਪ੍ਰੈਸ਼ਰ ਜ਼ਰੂਰ ਰੋਜ਼ ਚੈੱਕ ਕਰੋ ਜਿਹੜੀ 슈ਗਰ ਐ ਸੋ ਟਾਈਪ 2 ਡਾਇਬੀਟਿਸ ਰੋਜ਼ ਲੋੜ ਨਹੀਂ ਐ ਜਦੋਂ ਤੁਹਾਡੀ ਕੰਟਰੋਲ ਹੋ ਜਾਏ ਅ ਪਜਰਾਸ਼ ਬਲੱਡ ਪ੍ਰੈਸ਼ਰ ਆ ਦੋ ਵਾਰੀ ਜ਼ਰੂਰ ਚੈੱਕ ਕਰੋ ਰੋਜ਼ ਸੇਮ ਟਾਈਮ ਤੇ ਆ ਬਾਕੀ ਐਚਬੀਏ1 ਸੀਧੀ ਜੇ ਗੱਲ ਕਰਾਂ ਹੁਣ ਅੱਜ ਸਾਡਾ ਮੇਨ ਟਾਪਿਕ ਆ ਦਵਾਈਆਂ ਦੇ ਉੱਤੇ ਆ ਦਵਾਈਆਂ ਅਸੀਂ ਨਾਰਮਲੀ ਪੇਸ਼ੈਂਟ ਨੂੰ ਪ੍ਰਿਸਕ੍ਰਾਈਬ ਕਰਦੇ ਆ ਜਦੋਂ ਕਿਸੇ ਦੀ ਐਚਬੀਏ1 ਸੀ 7.0 ਤੋਂ ਵੱਧ ਜਾਂਦੀ ਆ ਜਾਂ ਕਿ ਉਹਦੀ ਬੇਸਲਾਈਨ ਸ਼ੂਗਰ ਜਿਹੜੀ 126 ਤੋਂ ਵੱਧ ਰਹਿੰਦੀ ਆ ਆ ਸੋ ਨਾਰਮਲੀ ਅਸੀਂ ਰეკਮੈਂਡ ਕਰਦੇ ਪੇਸ਼ੈਂਟ ਨੂੰ ਕਿ ਹਰ ਇੱਕ ਤਿੰਨ ਮਹੀਨਿਆਂ ਬਾਅਦ ਆਪਣਾ ਐਚਬੀਏ1 ਜ਼ਰੂਰ ਚੈੱਕ ਕਰੋ ਉਹਦਾ ਏਰੀਜ਼ਨ ਹੈ ਕਿ HbA1c 3 ਮਹੀਨਿਆਂ ਦੀ ਐਵਰੇਜ ਦੱਸਦਾ ਸਾਨੂੰ ਅਕਸਰ ਕਈ ਵਾਰੀ ਮੇਰੇ ਆਪਦੇ ਫਾਦਰ ਸਾਹਿਬ ਹੀ ਜਦੋਂ ਉਹਨਾਂ ਦੀ 슈ਗਰ HbA1c ਹਾਈ ਆ ਜਾਂਦੀ ਉਹ ਮੈਨੂੰ ਕਹਿ ਦਿੰਦੇ ਨੇ ਨਹੀਂ ਕੱਲ ਮੈਂ 슈ਗਰ ਖਾ ਕੇ ਗਿਆ ਸੀ ਇਸ ਲਈ ਮੇਰਾ ਹੋਇਆ ਪਰ ਇਹ ਗੱਲ ਸੱਚ ਨਹੀਂ ਆ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਐਵਰੇਜ ਦੱਸ ਰਹੀ ਆ ਉਹਦਾ ਕੱਲ ਖਾ ਕੇ ਗਿਆ ਹੀ ਪਰਸੋਂ ਖਾ ਕੇ ਗਿਆ ਦਾ ਮੈਟਰ ਨਹੀਂ ਕਰਦਾ ਉਹ 3 ਮਹੀਨਿਆਂ ਵਿੱਚ ਤੁਹਾਡੀ 슈ਗਰ ਕਿੱਥੇ ਰਹਿਣ ਦੀ ਆ ਉਹ ਨੰਬਰ ਦੱਸਦੀ ਆ ਸੋ HbA1c ਜਰੂਰ ਚੈੱਕ ਕਰੋ ਔਰ ਅਕਸਰ ਜੂਜ਼ਲੀ ਕੀ ਕਰਦੇ ਆ ਕਿ ਜੇ 7.0 ਤੋਂ ਲੈ ਕੇ 7.5 ਤੱਕ ਤੁਹਾਡੀ 슈ਗਰ ਆ ਤੇ ਤੁਹਾਨੂੰ ਇੱਕ ਦਵਾਈ ਯੂਜੁਲੀ ਦਿੱਤੀ ਜਾਂਦੀ ਆ ਜਦੋਂ ਤੁਹਾਡੀ 7.5 ਤੋਂ 9 ਤੱਕ ਰਹਿਣੀ ਸ਼ੁਰੂ ਹੋ ਜਾਂਦੀ ਆ ਉਦੋਂ ਯੂਜੁਲੀ ਕੇਵਰੀ ਦੋ ਵਾਰੀ ਦੋ ਦਵਾਈਆਂ ਦੇਣੀਆਂ ਪੈਂਦੀਆਂ ਔਰ ਜਦੋਂ ਕਿਸੇ ਦੀ 슈ਗਰ 9 ਮਹੀਨੇ ਆਪਣਾ ਐਚਪੀ1 ਸੀ 9 ਤੋਂ ਉੱਪਰ ਰਹਿਣੀ ਸ਼ੁਰੂ ਹੋ ਜਾਂਦੀ ਆ ਉਹਨੂੰ ਇਨਸੂਲਿਨ ਦੀ ਲੋੜ ਪੈ ਜਾਂਦੀ ਆ ਸੋ ਅੱਜ ਅਸੀਂ ਇਹ ਅਲੱਗ-ਅਲੱਗ ਦਵਾਈਆਂ ਦੇ ਉੱਪਰ ਡਿਸਕਸ ਕਰਾਂਗੇ ਮੇਰੇ ਬਹੁਤ ਹੀ ক্লোਜ਼ ਫਰੈਂਡ ਮਿੱਤਰ ਫੈਲੋ ਡਾਕਟਰ ਡਾਕਟਰ ਗੁਰਦਰਸ਼ਨ ਸਿੰਘ ਸੰਧੂਰਨਾ ਵੈਲਕਮ ਟੂ ਦ ਸ਼ੋਅ ਸਰ ਥੈਂਕ ਯੂ ਥੈਂਕ ਯੂ ਫਰ ਬਾਇਰਿੰਗ ਮੀ ਸੋ ਸੰਧੂ ਸਾਹਿਬ ਜਿਦ ਤੱਕ ਤੁਹਾਨੂੰ ਪਤਾ ਹੈ ਕਿ ਦ బిਗੇਸਟ ਮੈਡੀਕੇਸ਼ਨ ਜਿਹੜੀ ਮਾਰਕੀਟ ਤੇ ਜਿਹੜੀ ਯੂਜ਼ ਹੋ ਰਹੀ ਆ ਐਸ ਟਾਈਮ ਤੇ ਡਾਇਬੀਟਿਸ ਦੀ ਔਰ ਆਈ ਥਿੰਕ ਮੋਸਟ ਪੀਪਲ ਮੋਸਟ ਲੋਕਾਂ ਨੂੰ ਪਿਛਲੇ ਆਈ ਥਿੰਕ ਅਮਰੀਕਾ ਚੋ ਅਪਰੂਵ ਹੋਈ ਸੀ 1990 ਦੇ ਵਿੱਚ ਔਰ ਪਰ ਬਣੀ ਨੂੰ ਉਹਨੂੰ ਆਲਮੋਸਟ 100 ਸਾਲ ਹੋ ਗਿਆ ਉਹ ਆ ਮੈਟਫੋਰਮਿਨ ਸੋ ਮੈਟਫੋਰਮਿਨ ਬਾਰੇ ਦੱਸੋ ਕਿ ਕੀ ਐ ਮੈਟਫਾਰਮਿਨ ਕਿੱਦਾ ਕੰਮ ਕਰਦੀ ਹੈ ਮੈਟਫਾਰਮਿਨ ਜਿਹੜੀ ਦਵਾਈ ਹੈ ਇਹ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਤੇ ਸਟੱਡੀਜ਼ ਨੇ ਬਰਕਰਾਰ ਜਿਹੜੀਆਂ ਹੋਈਆਂ ਨੇ ਉਹਨਾਂ ਸ਼ੋਅ ਕੀਤਾ ਆ ਕਿ ਇਹ ਦਵਾਈ ਹੀ ਸਭ ਤੋਂ ਵਧੀਆ ਲੌਂਗ ਟਰਮ ਯੂਸ ਲਈ ਡਾਇਬੀਟਿਕ ਪੇਸ਼ੈਂਟਸ ਦੇ ਵਾਸਤੇ ਜਿਹੜੀ ਮਰਟੈਲਿਟੀ ਬੈਨੀਫਿਟ ਕਰਦੀ ਆ ਇਹਦਾ ਜਿਹੜਾ ਮੈਕੈਨਿਜ਼ਮ ਆ ਐਕਸ਼ਨ ਜਿਹਨੂੰ ਕਹਿੰਦੇ ਆਪਾਂ ਦਵਾਈ ਜਿਵੇਂ ਕੰਮ ਕਰਦੀ ਆ ਇਹ ਕੰਮ ਕਰਦੀ ਆ ਤੁਹਾਡੇ ਲਿਵਰ ਦੇ ਵਿੱਚ ਜਿਹੜੀ ਗਲੂਕੋਜ਼ ਬਣਦੀ ਆ ਉਹਨੂੰ ਘਟਾਉਂਦੀ ਆ ਤੇ ਦੂਜਾ ਥੋੜੇ ਜਿਹੜੇ ਮਸਲਸ ਨੇ ਉਹਨਾਂ ਦੀ ਸੈਂਸਿਟੀਵਿਟੀ ਵਧਾਉਂਦੀ ਆ ਐਂਡ ਜਿਹਨੂੰ ਆਪਾਂ ਕਹਿੰਦੇ ਆ ਇਨਸੂਲਿਨ ਰੈਜ਼ਿਸਟੈਂਸ ਘਟ ਗਈ ਆ ਇਨਸੂਲਿਨ ਰੈਜ਼ਿਸਟੈਂਸ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਪਣੇ ਪੁਰਾਣੇ ਸ਼ੋਅ ਦੇ ਵਿੱਚ ਕਿ ਜਿਹੜੇ ਤੁਸੀਂ ਐਕਸਰਸਾਈਜ਼ ਕਰਨ ਨਾਲ ਆਪਣੀ ਇਨਸੂਲਿਨ ਰੈਜ਼ਿਸਟੈਂਸ ਘਟਾਉਂਦੇ ਹੋ ਆ ਦਵਾਈ ਵੀ ਸੇਮ ਉਵੇਂ ਹੀ ਕੰਮ ਕਰਦੀ ਆ ਇਹ ਐਕਸਟਰਾ ਬੂਸਟ ਤੁਹਾਨੂੰ ਦਿੰਨੀ ਤੁਸੀਂ ਐਕਸਰਸਾਈਜ਼ ਕਰੋ ਤੇ ਨਾਲ ਇਹ ਦਵਾਈ ਤੁਸੀਂ ਖਾਂਦੇ ਹੋਵੋ ਤੁਹਾਡਾ ਜਿਹੜਾ A1C ਆ ਜੇ ਹਾਈ ਆ ਤੇ ਉਹ ਬਹੁਤ ਹੀ ਇਹਦਾ ਰਿਸਪੌਂਸ ਜਿਹੜਾ 1.2 1.5% ਤੱਕ ਤੁਸੀਂ ਰਿਡਿਊਸ ਕਰ ਸਕਦੇ ਆ A1C ਨੂੰ ਇਹ ਦਵਾਈ ਖਾਣ ਦੇ ਨਾਲ ਤੁਹਾਨੂੰ ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਨੇ ਜਿੰਨੂੰ ਆਪਾਂ ਕਾਮਨਲੀ ਲੋਕਾਂ 'ਚ ਆਉਂਦੇ ਨੇ ਐਂਡ ਤੁਹਾਨੂੰ ਆਪਣੇ ਨੋਰਮਲ ਪਾਪੂਲੇਸ਼ਨ ਦੇ ਵਿੱਚ ਅਵੇਅਰ ਜਿੰਨੂੰ ਹੋਣੀ ਚਾਹੀਦੀ ਆ ਆ ਸੋ ਬੜੀ ਸਹੀ ਗੱਲ ਆ ਕੀਤੀ ਜਦ ਸੰਦੀਪ ਸਾਹਿਬ ਨੇ ਕਿ ਜਿਹੜੀ ਮੈਟਫਾਰਮਨ ਆ ਉਹ ਬਹੁਤ ਚੰਗੇ ਇਫੈਕਟ ਹੋਇਆ ਔਰ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਦਵਾਈ ਖਾ ਲਓ ਤੇ ਬਾਕੀ ਚੀਜ਼ਾਂ ਭੁੱਲ ਜਾਓ ਜਿਹੜੀਆਂ ਆਪਾਂ ਪਿਛਲੇ ਦੋ ਸ਼ੋਅਸ ਤੋਂ ਡਿਸਕਸ ਕਰ ਰਹੇ ਹਾਂ ਮਤਲਬ ਜਿਹੜੀ ਐਕਸਰਸਾਈਜ਼ ਆ ਜਿਹੜੀ ਗੱਲਬਾਤ ਕੀਤੀ ਆ ਪ੍ਰੋਪਰ ਡਾਈਟ ਦੀ ਵੈਜੀਟੇਬਲਸ ਖਾਓ ਫਰੂਟਸ ਖਾਓ ਪਰ ਜਿਹੜੀਆਂ ਕਾਰਬਸ ਆ 슈ਗਰਸ ਆ ਉਹਨਾਂ ਤੋਂ ਦੂਰ ਰਹੋ ਤੁਹਾਨੂੰ ਕੰਟੀਨਿਊ ਕਰਨਾ ਪੈਣਾ ਭਾਵੇਂ ਦਵਾਈਆਂ ਵਾ ਕਿਉਂਕਿ ਜਿੰਨੀ ਆ ਤੁਸੀਂ ਲਾਈਫ ਸਟਾਈਲ ਆਪਣੇ ਆ ਠੀਕ ਰੱਖਦੇ ਜੋ ਉਨੀ ਦਵਾਈ ਤੁਹਾਨੂੰ ਘੱਟ ਖਾਣੀ ਪੈਣੀ ਆ ਬਾਕਿਸਤਾਨੂ ਸਾਹਿਬ ਆਈ ਥਿੰਕ ਤੁਹਾਡੀ ਗੱਲ ਬੜੀ ਸਹੀ ਆ ਕਿ ਮੈਟਫੋਰਮ ਬਹੁਤ ਵਧੀਆ ਦਵਾਈ ਆ ਪ੍ਰੂਵਨ ਆ ਹਾਰਟ ਐਟੈਕ ਦੇ ਚਾਂਸਸ ਤੁਹਾਡੇ ਘਟਾਉਂਦੀ ਆ ਸਟ੍ਰੋਕ ਦੇ ਚਾਂਸਸ ਘਟਾਉਂਦੀ ਆ ਔਰ ਇਹਦੀ ਮੈਨੂੰ ਜਿਹੜੀ ਇਹਦੀ ਫੇਵਰਿਟ ਥਿੰਗ ਇਹ ਲੱਗਦੀ ਹੈ ਕਿ ਇਹ ਤੁਹਾਨੂੰ ਹਾਈਪੋਗਲਾਈਸਮੀਆ ਨਹੀਂ ਕਰਦੀ ਮਤਲਬ ਤੁਹਾਡੀ ਸ਼ੂਗਰ ਕਦੀ ਜੀ ਮਤਲਬ ਘਟਾਉਂਦੀ ਨਹੀਂ ਹੈ ਕਿ ਤੁਹਾਨੂੰ ਚੱਕਰ ਆਉਣ ਲੱਗ ਪੈਣੀਆਂ ਐਸੀਆਂ ਚੀਜ਼ਾਂ ਹਾਂਜੀ ਕਿਉਂਕਿ ਅਕਸਰ ਜਿੱਦਾਂ ਇਨਸੂਲਿਨ ਵਿੱਚ ਇਹ ਵੇਖਿਆ ਜਾਂਦਾ ਜੇ ਤੁਸੀਂ ਇਨਸੂਲਿਨ ਲੈਂਦੇ ਜੋ ਤੇ ਤੁਹਾਡੀ ਸ਼ੂਗਰ ਕਈ ਵਾਰੀ ਘਟ ਸਕਦੀ ਹੈ ਡੇਂਜਰਸ ਲੈਵਲ ਤੇ ਸੋ ਗੁੱਡ ਥਿੰਗ ਹੈ ਕਿ ਮੈਟਫਾਰਮਨ ਇਹ ਚੀਜ਼ ਨਹੀਂ ਕਰਦੀ ਔਰ ਇੱਕ ਹੋਰ ਜਿਹੜਾ ਇਹਦਾ ਬਹੁਤ ਸੋਹਣਾ ਅਸਰ ਆ ਉਹ ਆ ਕਿ ਇਹ ਭਾਰ ਘਟਾਉਂਦੀ ਹੈ ਜਿਹੜੀ ਦਵਾਈ ਹੈ ਮੈਟਫਾਰਮਨ ਇਹ ਬਹੁਤ ਲੋਕ ਸੋਚਦੇ ਆ ਕਿ ਸਾਡ ਤੋ 5 ਪਾਉਂਡ ਪਾਰ ਇਹ ਦਵਾਈ ਤੋਂ ਬਾਅਦ ਘਟਿਆ ਆ ਪਰ ਕਿ ਜਿੱਦਾਂ ਕਿ ਐਕਸਰਸਾਈਜ਼ ਦੇ ਕੋਈ ਸਾਈਡ ਇਫੈਕਟ ਨਹੀਂ ਆ ਹੈਲਥੀ ਈਟਿੰਗ ਦੇ ਕੋਈ ਸਾਈਡ ਇਫੈਕਟ ਨਹੀਂ ਆ ਪਰ ਹਰ ਇੱਕ ਦਵਾਈ ਦੇ ਸਾਈਡ ਇਫੈਕਟ ਜ਼ਰੂਰ ਹੁੰਦੇ ਆ ਔਰ ਅਕਸਰ ਬਹੁਤ ਲੋਗ ਇਹ ਦਵਾਈ ਇਸ ਲਈ ਨਹੀਂ ਖਾਂਦੇ ਕਿਉਂਕਿ ਇਹ ਦਵਾਈ ਦੇ ਸਾਈਡ ਇਫੈਕਟ ਹੋ ਸਕਦੇ ਸੋ ਥੋੜਾ ਜਿਹਾ ਦੱਸੋ ਤੁਸੀਂ ਕਿਹੜੇ ਮਾੜੇ ਅਸਰ ਆ ਉਹਨਾਂ ਬਾਰੇ ਥੋੜਾ ਜਿਹਾ ਚਾਨਣਾ ਪਾਓ ਹਾਂਜੀ ਮਾੜੇ ਅਸਰ ਇਹਦੇ ਸਟਾਰਟਿੰਗ ਜਿਵੇਂ ਹੁਣ ਇੱਕ ਪੇਸ਼ੈਂਟ ਨੂੰ ਸ਼ੁਰੂ ਕਰਦਾ ਹੈ ਡਾਕਟਰ ਉਹਨਾਂ ਦਾ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਕੀ ਤੁਹਾਨੂੰ ਆ ਇਵਨ ਜੀ ਤੁਹਾਡਾ ਹਾਇ ਹੈ ਤੇ ਮੈਟਫਾਰਮਿਨ ਸ਼ੁਰੂ ਹੋਈ ਸਟਾਰਟਿੰਗ ਦੇ ਵਿੱਚ ਤੁਹਾਡੇ ਜੀਆਈ ਅਫਸੈਟ ਹੋ ਸਕਦਾ ਆ ਜਿਹਨੂੰ ਆਪਾਂ ਕਹਿ ਸਕਦੇ ਆ ਡਾਇਰੀਆ ਨੌਜ਼ੀਆ ਥੋੜੀ ਕਦੀ ਵੋਮਿਟਿੰਗ ਵੀ ਹੋ ਸਕਦੀ ਆ ਉਹ ਤੁਸੀਂ ਥੋੜੀ ਡੋਜ਼ ਜਿਹੜੀ ਆ ਉਹ ਸਟਾਰਟਿੰਗ ਦੇ ਵਿੱਚ ਟੋਲਰੈਂਸ ਨੂੰ ਤੁਹਾਡੀ ਬਾਡੀ ਇੱਕ ਦੋ ਵੀਕਸ ਦੇ ਵਿੱਚ ਐਡਜਸਟ ਹੋ ਸਕਦੀ ਆ ਸਟਾਰਟਿੰਗ ਦੇ ਵਿੱਚ ਉਹ ਹੋ ਸਕਦੇ ਨੇ ਬਟ ਦੇ ਵਿਲ ਗੈਟ ਬੈਟਰ ਆਫਟਰਵਰਡਸ ਹਨਾ ਦੂਜਾ ਉਹਨਾਂ ਦਾ ਹੈਗਾ ਆ ਕਿ ਤੁਸੀਂ ਲੌਂਗ ਟਰਮ ਜਿਹੜੇ ਆਪਾਂ ਪੇਸ਼ੈਂਟ ਨੇ ਕਾਫੀ ਪ੍ਰੂਵਨ ਬੈਨੀਫਿਟ ਆਤੇ ਹੋ ਜਿਹੜਾ ਲੌਂਗ ਟਰਮ ਲੌਕੀ ਯੂਜ਼ ਕਰਦੇ ਨੇ ਇਹਨੂੰ ਉਹਨਾਂ ਨੂੰ ਵਿਟਾਮਿਨ ਡਿਫੀਸ਼ੈਂਸੀ ਹੋ ਸਕਦੀ ਜਿਹਨੂੰ ਕਹਿੰਦੇ ਵਿਟਾਮਿਨ B12 ਡਿਫੀਸ਼ੈਂਸੀ ਜਿਹਦੇ ਕਰਕੇ ਉਹਨਾਂ ਨੂੰ ਇੱਕ ਅਨੀਮੀਆ ਹੋ ਸਕਦਾ ਖਾਸ ਤਰ੍ਹਾਂ ਦਾ ਜਾਂ ਬਾਡੀ ਦੇ ਵਿੱਚ ਜਿਹੜਾ ਡਾਇਬੀਟਿਸ ਦੀ ਹੀ ਇੱਕ ਕੰਪਲਿਕੀਸ਼ਨ ਆ ਜਿਹੜਾ ਹੱਥਾਂ ਦੇ ਵਿੱਚ ਜਲਨ ਹੁੰਦੀ ਆ ਸੈਂਸਿਟੀਵਿਟੀ ਜੋ ਘਟਦੀ ਆ ਉਹ ਵੀ ਉਸ B12 ਦੀ ਕਮੀ ਕਰਕੇ ਵੀ ਉਹ ਸੇਮ ਸਿੰਪਟਮ ਹੁੰਦੇ ਨੇ ਜਿਹਨੂੰ ਆਪਾਂ ਐਜ਼ ਅ ਫਿਜ਼ੀਸ਼ੀਅਨ ਤੇ ਜਾਂ ਐਜ਼ ਅ ਪੇਸ਼ੈਂਟ ਨੂੰ ਵੀ ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਸਿੰਪਟਮ ਹੈਗੇ ਨੇ ਤੇ ਆਪਣੇ ਡਾਕਟਰ ਨਾਲ ਡਿਸਕਸ ਕਰਨ ਕਿਉਂਕਿ ਫੈਰ ਉਹ B12 ਜਿਹੜਾ ਉਹਨਾਂ ਦਾ ਹੋਊਗਾ ਕਿਉਂਕਿ ਤੁਹਾਡੇ ਸਟਮਕ ਦੇ ਵਿੱਚ ਲਾਈਨਿੰਗ ਹੁੰਦੀ ਜਿਹੜੀ ਇਸ ਦਵਾਈ ਕਰਕੇ ਅਫੈਕਟ ਹੁੰਦੀ ਹੈ ਤੇ ਉਹ ਫੈਕਟਰ ਨਹੀਂ ਬਣਦਾ ਜਿਹਦੇ ਕਰਕੇ B12 ਐਬਜ਼ਾਰਬ ਹੋ ਸਕੇ ਤੇ ਤੁਸੀਂ ਫਿਰ ਓਰਲ ਨਹੀਂ ਖਾ ਸਕਦੇ B12 ਤੁਹਾਨੂੰ ਆਈ ਐਮ ਕਿੰਨਾ ਇੰਟਰਾਮਸਕੂਲਰ B12 ਜਿਹੜੇ ਸ਼ਾਰਟ ਹੁੰਦੇ ਨੇ ਉਹ ਲੱਗ ਲੱਗਦੇ ਨੇ B12 ਦੀ ਕੁਆਨਟੀਟੀ ਸਹੀ ਰੱਖਣ ਨੂੰ ਤੁਹਾਡੀ ਬੋਡੀ ਦੇ ਵਿੱਚ ਤੇ ਇਹ ਥੋੜੀ ਜਿਹੀ ਸਾਈਡ ਇਫੈਕਟ ਨੇ ਪਰ ਇਹ ਆਪਣਾ ਪਲੈਟਫਾਰਮਿੰਗ ਦੇ ਨਾਲ ਤੁਹਾਨੂੰ ਲੌਂਗ ਟਰਮ ਜਿਹੜੇ ਬੰਦੇ ਨੇ ਆਮ ਪੋਪੂਲੇਸ਼ਨ ਜਿਹੜੀ ਜਾਗਰੂਕਤਾ ਰਵੇ ਐਂਡ ਆਪਣੇ ਡਿਸਕਸ ਕਰ ਸਕਣ ਆਪਣੇ ਡਾਕਟਰ ਦੇ ਨਾਲ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਜਿਹੀ ਆਉਂਦੀਆਂ ਨੇ ਕਈ ਵਾਰੀ ਡਾਕਟਰ ਨਹੀਂ ਪੁੱਛਦੇ ਤੁਹਾਨੂੰ ਕਿ ਇਹ ਪ੍ਰੋਬਲਮ ਹੈ ਕਿ ਨਹੀਂ ਹੈ ਆ ਆਈ ਥਿੰਕ ਡਾਕਟਰ ਸנדੂ ਆਈ ਥਿੰਕ ਜਿਹੜੀ ਆ ਤੁਸੀਂ ਗੱਲ ਕੀਤੀ ਨਾ ਡਾਇਰੀਆ ਨੌਜ਼ੀਆ ਤੇ ਜੀਆਈ ਵਾਲੀ ਆਈ ਥਿੰਕ ਇਹ ਮੇਨ ਸਾਈਡ ਇਫੈਕਟ ਹੈ ਜਿਹੜਾ ਲੋਕਾਂ ਨੂੰ ਬਾਦਰ ਕਰਦਾ ਮੇਰੀ ਸਟਰੈਟਜੀ ਇਹ ਰਹੀ ਹੈ ਸਦਾ ਹੀ ਕਿ ਮੈਂ ਸਦਾ ਪਹਿਲਾਂ 500 ਮਿਲੀਗ੍ਰਾਮ ਤੋਂ ਸ਼ੁਰੂ ਕਰਦਾ ਤਿੰਨ ਦਿਨ 500 ਮਿਲੀਗ੍ਰਾਮ ਔਰ ਰੋਟੀ ਦੇ ਨਾਲ ਮੈਂ ਸਦਾ ਪੇਸ਼ਵਰ ਨੂੰ ਕਹਿੰਦਾ ਕਿ ਰੋਟੀ ਨਾਲ ਦਵਾਈ ਖਾਓ ਔਰ ਫਿਰ ਮੈਂ twice day ਕਰ ਦਿੰਦਾ ਸਵੇਰੇ ਰਾਤ ਨੂੰ ਰੋਟੀ ਦੇ ਨਾਲ ਫਿਰ ਮੈਂ ਉਹ 15 ਜੇ ਮੈਂ ਉਹਨੂੰ ਹੋਰ ਮੈਨੂੰ ਇਨਕਰੀਸ ਕਰਨ ਦੀ ਲੋੜ ਆ ਤਿੰਨ ਦਿਨਾਂ ਬਾਅਦ ਫਿਰ ਮੈਂ 1500 ਐਂਡ 5 1500 ਤੇ ਆ ਜਣਾ ਫਿਰ 1000 ਐਂਡ 1000 ਤੇ ਆ ਜਣਾ ਔਰ ਮੈਂ ਅਕਸਰ ਇਹ ਚੀਜ਼ ਵੇਖਿਆ ਕਿ ਜਦੋਂ ਮੈਂ ਇਹ ਕਰਦਾ ਤੇ ਉਹ ਜਿਹੜੇ ਜੀਆਈ ਸਾਈਡ ਇਫੈਕਟਸ ਜਿਹੜੇ ਆਪਾਂ ਅਕਸਰ ਵੇਖਦੇ ਆ ਮੈਟਫਾਰਮ ਦੇ ਉਹ ਨਹੀਂ ਪਾਈ ਜਾਂਦੇ ਜਿਦਾ ਤੁਸੀਂ ਕਿਹਾ ਸੋ ਰੋਟੀ ਨਾਲ ਲਓ ਦੂਜੀ ਗੱਲ ਹੌਲੀ ਹੌਲੀ ਡੋਸ ਇਨਕਰੀਸ ਕਰੋ ਬਾਕੀ ਇਹ ਆ ਕਿ ਕਿਉਂਕਿ ਇਹ ਦਵਾਈ ਹੌਲੀ ਹੌਲੀ ਕੰਮ ਕਰਦੀ ਆ ਜੇ ਆਪਾਂ ਡੋਸਿੰਗ ਇਦਾਂ ਹੌਲੀ ਹੌਲੀ ਵਧਾਉਂਦੇ ਆ ਤੇ ਅਸਰ ਨੂੰ ਹੋਣ ਨੂੰ ਟਾਈਮ ਲੱਗੂਗਾ ਸੋ ਇਹ ਵੀ ਤੁਸੀਂ ਥੋੜਾ ਜਿਹਾ ਵੇਅਰ ਰਿਓ ਕਿ ਇਹ ਦਵਾਈ ਜਿਹੜਾ ਡਾਕਟਰ ਸੰਧੂ ਨੇ ਕਿਹਾ ਹੌਲੀ ਹੌਲੀ ਕੰਮ ਕਰਦੀ ਆ ਸੋ ਕਈ ਵਾਰੀ 2 ਹਫਤੇ ਲਾ ਸਕਦੇ ਆ ਤੁਹਾਡੀ ਜਿਹੜੀ 슈ਗਰ ਨੂੰ ਡ੍ਰੌਪ ਕਰਨੀ ਆ ਸੋ ਬਿਕਾਜ਼ ਆਪਾਂ ਹੌਲੀ ਹੌਲੀ ਕਰ ਰਹੇ ਆ ਤੇ ਉਹ 슈ਗਰ ਵੀ ਹੌਲੀ ਹੌਲੀ ਡ੍ਰੌਪ ਕਰੂਗੀ ਆਈ ਥਿੰਕ ਇੱਕ ਵੱਡੀ ਗੱਲ ਜਿਹੜੀ ਤੁਸੀਂ ਕਹੀ ਆ ਉਹ B12 ਦੀ ਆਈ ਥਿੰਕ B12 ਦੀ ਡਿਫੀਸ਼ੈਂਸੀ ਬਹੁਤ ਹੀ ਕਾਮਨ ਆ ਅਨੋਟਿਸ ਜਾਂਦੀ ਆ ਇਸ ਲਈ ਮੈਂ ਆਪਣੇ ਪੇਸ਼IENTS ਨੂੰ ਸਦਾ ਕਹਿੰਦਾ ਕਿ ਐਵਰੀ ਈਅਰ ਤੁਹਾਡਾ ਬਲੱਡ ਵਰਕ ਜ਼ਰੂਰ ਹੋਣਾ ਚਾਹੀਦਾ ਕਿ ਤੁਹਾਨੂੰ ਜਿਹਦਾ ਐਨੀਮੀਆਤ ਨਹੀਂ ਨੀਵੇਂ ਮਤਲਬ ਕਿ ਤੁਹਾਡਾ ਜਿਹੜੇ ਰੈੱਡ ਬਲੱਡ ਸੈਲਸ ਆ ਉਹ ਤੇ ਨਹੀਂ ਤੁਹਾਡੇ ਸਰੀਰ 'ਚ ਘੱਟ ਕਿਉਂਕਿ ਰੈੱਡ ਬਲੱਡ ਸੈਲਸ ਹੀ ਆਕਸੀਜਨ ਕੈਰੀ ਕਰਦੇ ਆ ਆਕਸੀਜਨ ਜਿੱਦਾ ਗਲੂਕੋਜ਼ ਆ ਆਕਸੀਜਨ ਵੀ ਤੁਹਾਡੇ ਆ ਇੱਕ ਹਿਸਾਬ ਦਾ ਮਨੀ ਆ ਸਰੀਰ ਦੀ એનર્ਜੀ ਜਿੱਤੋਂ ਬੰਦੀ ਆ ਆਕਸੀਜਨ ਨਹੀਂ ਆਗੀ ਤੇ ਤੁਸੀਂ ਟਾਇਰਡ ਹੋ ਜਾਓਗੇ ਸੋ B12 ਵਿੱਚ ਤੁਹਾਡੇ ਜਿਹੜਾ ਬਲੱਡ ਵਰਕ ਹੈ ਜਿਹਦੇ ਵਿੱਚ ਕਿਡਨੀ ਫੰਕਸ਼ਨ ਆਉਂਦਾ ਤੁਹਾਡਾ ਬਲੱਡ ਵਰਕ ਤੁਹਾਡਾ ਲਿਪਿਡ ਪੈਨਲ ਹੁੰਦਾ ਤੁਹਾਡਾ ਐਚਬੀਵਨ ਸੀ ਹੁੰਦਾ ਉਹਦੇ ਨਾਲ ਤੁਹਾਡਾ ਅਨੀਮੀਆ ਚੈੱਕ ਵੀ ਹੋਣਾ ਚਾਹੀਦਾ ਸੀਬੀਸੀ ਜਿਹਨੂੰ ਅਸੀਂ ਕਹਿੰਦੇ ਆ ਬਾਕੀ ਇੱਕ ਹੋਰ ਗੱਲ ਆਈ ਥਿੰਕ ਜਿਹੜੀ ਮੈਂ ਆਪਣੇ ਪੇਸ਼ੈਂਟਸ ਨੂੰ ਔਨ ਕਰਦਾ ਉਹ ਆ ਸ਼ਰਾਬ ਦੀ ਕਿਉਂਕਿ ਅਕਸਰ ਡਾਇਬੀਟੀਜ਼ ਦੇ ਵਿੱਚ ਸਾਇਲੈਂਟ ਹਾਈਪੋਗਲਾਈਸਿਮੀਆ ਬਹੁਤ ਪਾਇਆ ਜਾਂਦਾ ਉਹ ਕੀ ਅਕਸਰ ਕੀ ਹੁੰਦਾ ਕਿ ਲੋਕ ਰਾਤ ਨੂੰ ਰੋਟੀ ਖਾਂਦੇ ਆ ਉਹ ਆਪਣੀ ਦਵਾਈ ਲੈ ਲੈਂਦੇ ਆ ਫਿਰ ਸੌ ਜਾਂਦੇ ਆ ਤੇ ਆਪਣੇ ਦਿਮਾਗ ਨੂੰ ਉਦੋਂ ਹੀ ਪਤਾ ਲੱਗਦਾ ਕਿ ਮੇਰੀ ਸ਼ੂਗਰ ਘਟ ਗਈ ਆ ਜਦੋਂ ਉਹ ਵੇਅਰ ਹੋਵੇ ਜਦੋਂ ਕੋਈ ਸ਼ਰਾਬ ਪੀ ਲੈਂਦਾ ਉਹਦੀ ਜਿਹੜੀ ਜਿਹੜੀ ਸ਼ਕਤੀ ਆ ਉਹ ਚੀਜ਼ ਨੂੰ ਕੈਚ ਕਰਨ ਦੀ ਘਟ ਜਾਂਦੀ ਆ ਔਰ ਬਹੁਤ ਪੇਸ਼ੈਂਟ ਇਹ ਚੀਜ਼ ਤੋਂ ਸਫਰ ਕਰਦੇ ਕਿਉਂਕਿ ਰਾਤ ਨੂੰ ਉਹਨਾਂ ਦੀ ਜਿਹੜੀ ਸ਼ੂਗਰ ਡ੍ਰੌਪ ਕਰ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਸਵੇਰੇ ਉੱਠਦੇ ਆ ਤੇ ਉਹਨਾਂ ਦਾ ਸਰੀਰ ਜਿੱਦਾਂ ਪੂਰਾ ਟੁੱਟਿਆ ਪਿਆ ਹੁੰਦਾ ਆ ਬਾਕੀ ਸੰਤੂ ਸਾਹਿਬ ਕੋਈ ਐਸੀ ਪੋਪੂਲੇਸ਼ਨ ਹੈਗੀ ਆ ਜਿਨ੍ਹਾਂ 'ਚ ਮੈਟਫੋਰਮ ਨਹੀਂ ਰეკਮੈਂਡ ਕਿਉਂਕਿ ਇਦਾਂ ਲੱਗਦਾ ਕਿ ਦੁਨੀਆ 'ਚ ਯੂ نو ਆਲਮੋਸਟ एवरीबॉडी ਜਿਹੜਾ ਟਾਈਪ 2 ਡਾਇਬੀਟਿਕ ਆ ਉਹਨੂੰ ਮੈਟਫੋਰਮਨ ਤੇ ਲਾਦਦੇ ਆਂ ਪਰ ਕਈ ਐਸੀ ਐਸੀ ਐਸੇ ਪੇਸ਼ੈਂਟ ਗਰੁੱਪਸ ਹੁੰਦੇ ਨੇ ਜਿਨ੍ਹਾਂ ਤੇ ਮੈਟਫੋਰਮਨ ਨਹੀਂ ਲਾਗੂ ਕਰਦੇ ਤੁਸੀਂ ਇੱਕ ਤੇ ਮੈਟਫੋਰਮਨ ਦਾ ਜਿਹੜਾ ਅੱਗੇ ਪਹਿਲਾਂ ਦੱਸਿਆ ਸੀ ਮੇਨ ਜਿਵੇਂ ਕੰਮ ਕਰਦੀ ਲਿਵਰ ਤੇ ਹੁਣ ਜਿਹੜੇ ਪੇਸ਼ੈਂਟਸ ਲਿਵਰ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਲਿਵਰ ਪ੍ਰੋਬਲਮ ਆ ਉਹਨਾਂ ਲਈ ਇਹ ਦਵਾਈ ਜ਼ਿਆਦਾ ਹਾਨੀਕਾਰਕ ਹੋ ਸਕਦੀ ਇੱਕ ਤਰ੍ਹਾਂ ਦਾ ਲੈਕਟਿਕ ਐਸਿਡੋਸਿਸ ਜਿਹਨੂੰ ਕਹਿੰਦੇ ਆ ਬਾਡੀ 'ਚ ਕਰਦੀ ਆ ਤੇ ਉਹ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦਾ ਇੱਕ 슈ਗਰ ਦਾ ਵੀ ਕੰਪਲਿਕਸ਼ਨ ਹੁੰਦੀ ਕੀਟੋਐਸਿਡੋਸਿਸ ਉੱਚ ਵੀ ਪਾ ਸਕਦੀ ਆ ਦੂਜਾ ਜਿਨ੍ਹਾਂ ਨੂੰ ਕਿਡਨੀ ਪ੍ਰੋਬਲਮ ਆ ਜਿਨ੍ਹਾਂ ਦਾ ਕਿਡਨੀ ਫੰਕਸ਼ਨ ਬਹੁਤ ਲੋਅ ਆ ਉਹਨਾਂ ਲਈ ਵੀ ਇਹ ਦਵਾਈ ਤੋਂ ਯੂਜ਼ ਕਰਨਾ ਬੜਾ ਕੇਅਰਫੁਲੀ ਹੋਣਾ ਚਾਹੀਦਾ ਤੇ ਜਿਨ੍ਹਾਂ ਦਾ ਬਹੁਤ ਘਟਦਾ ਪਿਆ ਆ ਲਿਵਰ ਕਿਡਨੀ ਖਰਾਬ ਹੁੰਦੀ ਪਈ ਆ ਉਹਨਾਂ ਨੂੰ ਇਹ ਦਵਾਈ ਨਹੀਂ ਲੈਣੀ ਚਾਹੀਦੀ ਉਹਨਾਂ ਦੇ ਡਾਕਟਰ ਨੇ ਉਸ ਟਾਈਮ ਤੇ ਵੈਸੇ ਵੀ ਬੰਦ ਕਰੂਗਾ ਪਰ ਉਹਨਾਂ ਨੂੰ ਵੀ ਆਪ ਨਹੀਂ ਅਵੇਅਰ ਹੋਣੀ ਚਾਹੀਦੀ ਕਿ ਆਪ ਦੋ ਪੋਪੂਲੇਸ਼ਨ ਜੜੀਆਂ ਉਹਨਾਂ ਨੂੰ ਇਹ ਦਾ ਪ੍ਰੋਬਲਮ ਹੋ ਸਕਦੀ ਹੈ ਦਵਾਈ ਖਾਣ ਦਾ ਦੂਜਾ ਬਾਕੀ ਤੇ ਇਹਦਾ ਕਿ ਹੋਰ ਪੋਪੂਲੇਸ਼ਨ ਦੇ ਹੋਰ ਕੋਈ ਰੇਸਿਸ ਹਨ ਉਹਦੇ ਵਿੱਚ ਕੋਈ ਨਹੀਂ ਹੈਗਾ ਸਾਰੇ ਤਰ੍ਹਾਂ ਦੇ ਆਪਣੇ ਪੋਪੂਲੇਸ਼ਨ ਖਾ ਸਕਦੀ ਇਹਨੂੰ ਯਾ ਆਈ ਥਿੰਕ ਇਹ ਦਵਾਈ ਦੀ ਇਹੋ ਖਾਸੀਅਤ ਹੈ ਕਿ ਬਹੁਤ ਜਿਆਦਾ ਵੈਸਲੀ ਯੂਜ਼ ਇਸ ਲਈ ਹੁੰਦੀ ਹੈ ਕਿਉਂਕਿ ਇਹਦੇ ਸਾਈਡ ਇਫੈਕਟ ਬਹੁਤ ਘੱਟ ਹੈ। ਪਰ ਜਿਹਦਾ ਤੁਸੀਂ ਕਿਹਾ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਸਾਈਡ ਇਫੈਕਟ ਐਕਚੁਅਲੀ ਲੈਕਟਿਕ ਐਸਿਡੋਸਿਸ ਦਾ ਜਿੱਦੋਂ ਲੋਕ ਡਰ ਜਾਂਦੇ ਆ ਕਿ ਯਾਰ ਉਹ ਲੈਕਟਿਕ ਐਸਿਡ ਉਹ ਡੈਥ ਹੋ ਸਕਦੀ ਹੈ ਆ ਪਰ ਮੈਂ ਦੱਸਦਾ ਕਿ ਇਹਦੇ ਲੈਕਟਿਕ ਐਸਿਡੋਸਿਸ ਹੁੰਦਾ ਕਿ ਇਹ ਪਹਿਲਾਂ ਕਿ ਤੁਹਾਡਾ ਜਿਹੜਾ ਸਰੀਰ ਹੈ ਆਕਸੀਜਨ ਤੇ ਚੱਲਦਾ ਔਰ ਜੇ ਤੁਹਾਡੀ ਆਕਸੀਜਨ ਘਟ ਜੇ ਤੇ ਤੁਹਾਡਾ ਸਰੀਰ ਲੈਕਟਿਕ ਐਸਿਡ ਪ੍ਰੋਡਿਊਸ ਕਰਦਾ ਉਹਦੇ ਨਾਲ ਤੁਹਾਨੂੰ ਜਿੱਦਾਂ ਨਾ ਕ੍ਰੈਂਪਸ ਹੁੰਦੇ ਆ ਸਰੀਰ ਟੁੱਟਿਆ ਰਹਿੰਦਾ ਆ ਇਹਦਾ ਕੋਈ ਆਨਸਰ ਆ ਕਿ ਜੇ ਤੁਹਾਨੂੰ ਲਿਵਰ ਦੀ ਪ੍ਰੋਬਲਮ ਆ ਤੁਹਾਡੀ ਲਿਵਰ ਡਿਜ਼ੀਜ਼ ਅੰਡਰਲਾਈਂਗ ਜਿਆਦਾ ਬਾਤ ਹੈ ਤੁਸੀਂ ਅਵੋਇਡ ਕਰੋ ਮੈਟਫਾਰਮਿਨ ਹੋਰ ਕੋਈ ਦਵਾਈ ਚੂਜ਼ ਕਰੋ ਜੇ ਤੁਹਾਡਾ ਜੀਐਫਆਰ ਲੈਸ ਥੈਨ 30 ਆ ਮਤਲਬ ਕਿ ਤੁਹਾਡੀਆਂ ਕਿਡਨੀਆਂ ਫੇਲ ਆ ਜਾਂ ਬਹੁਤ ਘੱਟ ਕੰਮ ਕਰਦੀਆਂ ਤੇ ਕਾਉਂਟਰ ਇੰਡੀਕੇਸ਼ਨ ਹੈ ਕਿ ਤੁਸੀਂ ਮੈਟਫਾਰਮਨ ਨਹੀਂ ਲੈ ਸਕਦੇ ਬਾਕੀ ਟਾਈਪ 1 ਲਈ ਮੈਟਫਾਰਮਨ ਨਹੀਂ ਦਿੱਤੀ ਜਾਂਦੀ ਜਿਵੇਂ ਆ ਵੀ ਸਿਆਪ ਨੂੰ ਪਤਾ ਆ ਪਰ ਯੂ نو ਟਾਈਪ 2 ਲਈ ਸਾਈਡ ਰੀਕਮੈਂਡ ਬਾਕੀ ਆਈ ਥਿੰਕ ਦੋ ਤਰ੍ਹਾਂ ਦੀ ਨਾਰਮਲੀ ਸ਼ਾਪਸ ਦੇ ਵਿੱਚ ਮੈਟਫਾਰਮਨ ਜਿਵੇਂ ਅਸੀਂ ਪ੍ਰੈਸਕ੍ਰਾਈਬ ਕਰਦੇ ਹਾਂ ਕਿ ਐਕਸਟੈਂਡਡ ਰੀਲੀਜ਼ ਇੱਕ ਨਾਰਮਲ ਰੀਲੀਜ਼ ਇਹ ਵੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਗੋਲੀ ਖਾ ਰਹੇ ਹੋ ਐਕਸਟੈਂਡਡ ਰੀਲੀਜ਼ ਕਿ ਨਾਰਮਲ ਕਿਉਂਕਿ ਜਿਹੜੀ ਐਕਸਟੈਂਡਡ ਰੀਲੀਜ਼ ਆ ਕਿ ਐਵਰੀ ਉਹ 24 ਘੰਟੇ ਤੱਕ ਕੰਮ ਕਰਦੀ ਆ ਸੋ ਦੈਨ ਓਨਲੀ ਇੱਕ ਵਾਰੀ ਤੁਸੀਂ ਦਿਨ ਚ ਖਾ ਸਕਦੇ ਜੋ ਵੇਰ ਐਸ ਜਿਹੜੀ ਨਾਰਮਲ ਮੈਟਫਾਰਮਨ ਹੈ ਉਹ ਤੁਹਾਨੂੰ ਅਸੀਂ ਰეკਮੈਂਡ ਕਰਦੇ ਤੁਸੀਂ ਸਪਲਿਟ ਕਰ ਲਓ ਸਵੇਰੇ ਤੇ ਰਾਤ ਨੂੰ ਆ ਬਾਕੀ ਆਈ ਥਿੰਕ ਮੈਟਫਾਰਮਨ ਆਪਾਂ ਕਾਫੀ ਕਵਰ ਕਰ ਲਈ ਆ ਆਪਾਂ ਨੂੰ ਹੋਰ ਵੀ ਕੋਈ ਦਵਾਈਆਂ ਬਾਰੇ ਗੱਲਾਂ ਬੰਦਾ ਕਰਦੇ ਆ ਬਟ ਮੈਟਫਾਰਮਨ ਤੇ ਅਸੀਂ ਟਾਈਮ ਜ਼ਿਆਦਾ ਇਸ ਲਈ ਲਿਆ ਕਿਉਂਕਿ ਮੋਸਟ ਕਾਮਨਲੀ ਯੂਜ਼ ਦਵਾਈ ਮੈਟਫਾਰਮਨ ਹੈ ਲੋਕਾਂ ਨੂੰ ਕੁਐਸਚਨ ਹੁੰਦੇ ਆ ਗਿਆਨ ਜਸਟ ਰੀਕੈਪ ਸਾਈਡ ਇਫੈਕਟ ਬਹੁਤ ਘਟਿਆ ਤੁਹਾਡੀ ਤੁਹਾਡੀ ਸਰੀਰ ਨੂੰ ਐਕਸਰਸਾਈਜ਼ ਵਾਂਗੂ ਇੱਕ ਬੈਟਰ ਮਸ਼ੀਨ ਭਰਾ ਦਿੰਦੀ ਆ ਮੈਟਫੋਰਮਨ ਤੁਹਾਡਾ ਭਾਰ ਵੀ ਘਟਾਉਂਦੀ ਆ 슈ਗਰ ਨੂੰ ਬੈਟਰ ਯੂਟਲਾਈਜ਼ ਕਰਦੀ ਆ ਤੁਹਾਡੀਆਂ ਜਿਹੜੀਆਂ ਆ ਆਰਟਰੀਜ਼ ਆ ਉਸ ਚੋਂ 슈ਗਰ ਨੂੰ ਕੱਢਦੀ ਆ ਦੂਜੀ ਗੱਲ ਸਾਈਡ ਇਫੈਕਟ ਅਗੇਨ ਜੀਆਈ ਸਾਈਡ ਇਫੈਕਟ ਮੋਸਟ ਕਾਮਨ ਆ ਉਹਨੂੰ ਅਸੀਂ ਇਹੋ ਹੀ ਕਵਾਂਗੇ ਕਿ ਤੁਸੀਂ ਰੋਟੀ ਦੇ ਨਾਲ ਦਵਾਈ ਲਓ ਹੌਲੀ ਹੌਲੀ ਵਧਾਓ ਤੇ ਤੁਸੀਂ ਵੇਖੋਗੇ ਤੁਹਾਡੇ ਜੀਆਈ ਸਾਈਡ ਇਫੈਕਟਸ ਤੁਹਾਨੂੰ ਨਹੀਂ ਹੋਣਗੇ ਆ ਬਾਕੀ ਬੀ12 ਆਪਣਾ ਅਗੇਨ ਬਲੱਡ ਵਰਕ ਤੁਹਾਡਾ ਰੈਗੂਲਰਲੀ ਹੋਣਾ ਚਾਹੀਦਾ ਐਨੀ ਅਦਰ ਕਲੋਜ਼ਿੰਗ ਰਿਮਾਰਕਸ ਬ੍ਰੇਕ ਤੋਂ ਪਹਿਲਾਂ ਨੇ ਬਸ ਆਹੀ ਮੈਟਫਾਰਮਿਨ ਬਾਰੇ ਤੇ ਅਹੀ ਤੁਸੀਂ ਕਵਰ ਕਰ ਗਏ ਹੋ ਕਾਫੀ ਪੁਆਇੰਟ ਜਿਹੜੇ ਜ਼ਰੂਰੀ ਨੇ ਆਪਣੀ ਪਾਪੂਲੇਸ਼ਨ ਲਈ ਆ ਬਾਕੀ ਹੋਰ ਤੇ ਕੋਈ ਨਹੀਂ ਬਾਕੀ ਆਪਾਂ ਅੱਗੇ ਕਰਾਂਗੇ ਗੱਲ ਦੂਜੇ ਸੈਗਮੈਂਟ ਦੇ ਵਿੱਚ ਚਲੋ ਫਿਰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੰਟੀਨਿਊ ਰੱਖਾਂਗੇ ਆਪਣੀ ਗੱਲਬਾਤ ਦਵਾਈਆਂ ਦੇ ਉੱਤੇ ਸਸਿਰ ਜੀ ਸੋ ਵੈਲਕਮ ਬੈਕ ਆ ਕਾਫੀ ਟਾਈਮ ਸਪੈਂਡ ਕਰ ਰਹੇ ਆ ਆਪਾਂ ਡਾਇਬੀਟੀਜ਼ ਦੇ ਕਿਉਂਕਿ ਇੰਪੋਰਟੈਂਟ ਵਿਸ਼ਾਵਾ ਜਿਵੇਂ ਕਿ ਆਲਮੋਸਟ 50% ਅਮਰੀਕਨਸ ਜਾਂ ਪ੍ਰੀ-ਡਾਇਬੀਟਿਕ ਜਾਂ ਡਾਇਬੀਟਿਕ ਆ ਪਰ ਆਪਣੀ ਪੰਜਾਬ ਵਿੱਚ ਇੰਨੇ ਜਿਆਦੇ ਲੋਕ ਤੁਰੇ ਫਿਰਦੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਸਾਨੂੰ ਡਾਇਬੀਟਿਸ ਆ ਜਾਂ ਅਸੀਂ ਪ੍ਰੀ ਡਾਇਬੀਟਿਕ ਆ ਸਾਨੂੰ ਡਾਇਬੀਟਿਸ ਹੋ ਸਕਦੀ ਆ ਖਾਸ ਕਰਕੇ ਅੱਜ ਕੱਲ ਦਾ ਜਿਹੜਾ ਯੋਗਿਆ ਜਿੱਥੇ ਨਕਲੀ ਫੂਡ ਬਹੁਤ ਜਿਆਦਾ ਫੂਡ ਮਕਦਾਨੋ ਖਾਤਾ-ਤਾ ਤੇ 버ਗਰ ਕਿੰਗ ਖਾਤਾ-ਤਾ ਤੇ ਕਾਫੀਆਂ ਵਿੱਚ ਸ਼ੂਗਰਾਂ ਸੋ ਆਈ ਥਿੰਕ ਇਹ ਚੀਜ਼ ਦੀ ਅਵੇਅਰਨੈਸ ਦੇਣੀ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਡਾਇਬੀਟਿਸ ਐਸੀ ਚੀਜ਼ ਆ अगेन ਇਹ ਹੌਲੀ-ਹੌਲੀ ਬੰਦੇ ਨੂੰ ਮਾਰਦੀ ਆ ਤੁਹਾਡੀ ਜ਼ਿੰਦਗੀ ਖਰਾਬ ਕਰਦੀ ਪਰਿਵਾਰ ਖਰਾਬ ਕਰਦੀ ਆ ਸੋ ਇਹਦੀ ਅਵੇਅਰਨੈਸ ਤੁਹਾਨੂੰ ਹੋਣੀ ਚਾਹੀਦੀ ਆ ਤੁਹਾਡੇ ਨਾ ਜਸ ਕੀ ਜੇ ਤੁਹਾਨੂੰ ਡਾਇਬਟੀਸ ਹੈ ਤੁਹਾਡੇ ਪਰਿਵਾਰ ਚ ਕਿਸੇ ਨੂੰ ਵੀ ਡਾਇਬਟੀਸ ਆ ਤੁਹਾਨੂੰ ਇਹ ਚੀਜ਼ ਬਾਰੇ ਸਮਝਣਾ ਚਾਹੀਦਾ ਕਿ ਐਸੀ ਚੀਜ਼ ਹੈ ਜਿਹੜੀ ਤੁਸੀਂ ਕੰਟਰੋਲ ਕਰ ਸਕਦੇ ਹੋ ਜੇ ਤੁਸੀਂ ਇਹ ਚੀਜ਼ ਨੂੰ ਕੰਟਰੋਲ ਕਰ ਲਓ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜੀ ਐਵਰੇਜ ਲਾਈਫ ਪਾਈ ਗਈ ਹੈ ਕਿ ਡਾਇਬੀਟਿਕ ਦੀ 6 ਸਾਲ ਘੱਟ ਹੁੰਦੀ ਆ ਉਹ ਚੀਜ਼ ਨੂੰ ਤੁਸੀਂ ਕਵਰ ਕਰ ਸਕਦੇ ਹੋ ਤੇ ਉਹ ਬੰਦਾ ਉਨੀ ਦੇਰ ਹੀ ਜੀਊਗਾ ਜਿੰਨਾ ਕਿ ਇੱਕ ਉਹਨੂੰ ਇਹ ਇਹ ਦੁਨੀਆ ਦੇ ਵਿੱਚ ਉੱਤੇ ਰੱਬ ਨੇ ਭੇਜਿਆ ਸੀ ਜੀਣ ਲਈ ਆ ਬਾਕੀ ਮੈਟਫੋਰਮ ਦੇ ਉੱਪਰ ਗੱਲਬਾਤ ਕੀਤੀ ਐ ਇਦਾਂ ਹੀ ਅਗਲੀ ਦਵਾਈ ਆ ਸਲਫਨਯੂਰੀਆਸ ਆਈ ਥਿੰਕ ਕਾਫੀ ਚੀਪ ਦਵਾਈ ਹੁੰਦੀ ਆ ਜਿਹੜੀ ਬਹੁਤ ਜ਼ਿਆਦਾ ਯੂਜ਼ ਹੁੰਦੀ ਆ ਖਾਸ ਕਰਕੇ ਅਮਰੀਕਾ ਵਿੱਚ ਜਿੱਦਾਂ ਕਿ ਜਿਹੜਾ ਕਿ ਮੇਰਾ ਏਰੀਆ ਵਾ ਨਿਊਯਾਰਕ ਜਾਂ ਪੰਜਾਬ ਵਿੱਚ ਜਿੱਥੇ ਲੋਕਾਂ ਕੋ ਪੈਸੇ ਘੱਟ ਨੇ ਸੋ ਉਹਦੇ ਬਾਰੇ ਥੋੜਾ ਜਿਹਾ ਗੱਲਬਾਤ ਕਰਦੇ ਆ ਡਾਕਟਰ ਸੰਧੂ ਸੋ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਦਵਾਈ ਬਾਰੇ ਹਾਂਜੀ ਇਹ ਸਲਫਨਯੂਰੀਆ ਜਿਹੜੀ ਦਵਾਈ ਆ ਇਹਦੇ ਐਗਜ਼ਾਮਪਲਸ ਨੇ ਜਿਵੇਂ ਗਲਿਪਿਜ਼ਾਈਡ ਗਲਿਮੇਪਰਾਇਡ ਇਹ ਆਪਾਂ ਜਿਵੇਂ ਤੁਸੀਂ ਦੱਸਿਆ ਹੋਣੇ ਆਮ ਤੌਰ ਤੇ ਬਹੁਤ ਜ਼ਿਆਦਾ ਪ੍ਰੈਸਕ੍ਰਾਈਬ ਕੀਤੀ ਜਾਂਦੀ ਆ ਇਹ ਤੁਸੀਂ 1 ਡਾਲਰ ਦੇ ਵਿੱਚ ਸਾਨੂੰ 30 ਦਿਨੋਂ ਤੋਂ ਲੈ ਕੇ 60 ਦਿਨ ਤੱਕ ਦੀ ਦਵਾਈ ਮਿਲ ਸਕਦੀ ਹੈ ਜ ਜਿਹਨੂੰ ਕੋਈ ਇੰਸ਼ੋਰੈਂਸ ਨਹੀਂ ਹੁੰਦੀ ਉਹਨਾਂ ਨੂੰ ਬਹੁਤ ਹੀ ਡਾਕਟਰਸ ਪ੍ਰੈਸਕ੍ਰਾਈਬ ਕਰਦੇ ਨੇ ਕਿਉਂਕਿ ਇੱਕ ਤੇ ਇਹਦਾ ਜਿਹੜਾ ਮੈਕੈਨਿਜ਼ਮ ਵੈਕਟਰੀ ਹੁੰਦਾ ਤੁਹਾਡੇ ਜਿਵੇਂ ਇਨਸੂਲਿਨ ਕੰਮ ਕਰਦੀ ਨਾ ਇਨਸੂਲਿਨ ਆ ਤੁਹਾਨੂੰ ਮਿਲਦੀ ਆ ਪੱਕਾ ਜਦੋਂ ਤੁਸੀਂ ਬਾਹਰੋਂ ਲੈਂਦੇ ਹੋ ਤੇ ਇਹ ਜਿਹੜੀ ਬਾਡੀ ਦੇ ਵਿੱਚ ਇਨਸੂਲਿਨ ਸੈੱਲ ਸਟੋਰ ਕਰਦੇ ਨੇ ਉਹਨਾਂ ਨੂੰ ਰਿਲੀਜ਼ ਕਰਦੀ ਪੂਰਾ ਥੋੜੀ ਇਨਸੁਲਿਨ ਜਿਹੜੀ ਓਪਨਲੀ ਹੁੰਦੀ ਜਦੋਂ ਇਹ ਤੁਸੀਂ ਦਵਾਈ ਖਾਂਦੇ ਹੋ ਤੁਹਾਡੇ ਚਾਂਸਿਸ ਆਫ ਹਾਈਪੋਗਲਾਈਸੇਮੀਆ ਜਿਹਨੂੰ ਕਹਿੰਦੇ ਆ ਸ਼ੂਗਰ ਘਟ ਜਾਂਦੀ ਆ ਉਹ ਹੋ ਸਕਦੇ ਨੇ ਜਿਵੇਂ ਤੇ ਪਹਿਲਾਂ ਦੱਸਿਆ ਸੀ ਮੈਟਫਾਰਮਿਨ ਨਾਲ ਜਿਹੜੇ ਨਹੀਂ ਹੁੰਦੇ ਤੇ ਇਹ ਦਵਾਈ ਨਾਲ ਜਦੋਂ ਹਾਈਪੋਗਲਾਈਸੇਮੀਆ ਦੇ ਸਿੰਟਮਸ ਜਿਵੇਂ ਤੁਸੀਂ ਆਪਣੇ ਜੇ ਕਿਸੇ ਨੂੰ ਹੋਵੇ ਤੇ ਜਿਵੇਂ ਹੋ ਸਕਦਾ ਤੁਹਾਡੇ ਹੱਥ 'ਚ ਜਿਵੇਂ ਪਸੀਨਾ ਆਉਂਦਾ ਆ ਟ੍ਰੈਮਰ ਸ਼ੇਕੀਨੈਸ ਥੋੜੀ ਜਿਹੀ ਹੁੰਦੀ ਕਨਫਿਊਜ਼ਨ ਹੋ ਸਕਦੀ ਆ ਤੇ ਇਹ ਥੋੜੇ ਜਿਹੇ ਹੁੰਦੇ ਆ ਕਿ ਜਿਹੜਾ ਬੰਦਾ ਸਤਰ ਕਰਵੇ ਇਹ ਦਵਾਈ ਖਾਂਦੇ ਆ ਇਹ ਦਵਾਈ ਦਾ ਇੱਕ ਹੋਰ ਟੌਪਿਕ ਆ ਕਿ ਇੱਕ ਜਿਹੜਾ ਮੇਨ ਪੁਆਇੰਟ ਆ ਇਹਨੂੰ ਤੁਸੀਂ ਰਾਤੀ ਨਾ ਖਾਓ ਕਿਉਂਕਿ ਰਾਤੀ ਜਿਵੇਂ ਪਹਿਲਾਂ ਅਸੀਂ ਡਿਸਕਸ ਕੀਤਾ ਸੀ ਰਾਤੀ ਤੁਹਾਨੂੰ ਘੱਟ 슈ਗਰ ਘਟਣ ਦੇ ਤੁਹਾਨੂੰ ਸਿੰਪਟਮਸ ਨਹੀਂ ਮਹਿਸੂਸ ਹੁੰਦੇ ਨਵੇਂ ਜਿਵੇਂ ਤੁਸੀਂ ਹੁਣ ਜ਼ਿਆਦਾ ਸ਼ਰਾਬ ਪੀਤੀ ਆ ਉਹਦੇ ਨਾਲ ਵੀ ਤੁਸੀਂ ਕਰੋਗੇ ਤੁਹਾਨੂੰ ਹੋਰ ਮਾਸਕ ਹੋਏ ਨੇ ਤੁਹਾਡੇ ਸਿੰਪਟਮਸ ਤੁਹਾਨੂੰ ਨਹੀਂ ਪਤਾ ਲੱਗਦਾ ਤੇ 슈ਗਰ ਘਟੀ ਸਭ ਤੋਂ ਮਾੜੀ ਹੁੰਦੀ ਆ ਬਦੀ ਇਕਦਮ ਇਨੀ ਮਾੜੀ ਨਹੀਂ ਹੁੰਦੀ ਇਕਦਮ ਘਟੀ ਸ਼ੂਗਰ ਬਹੁਤ ਹੀ ਮਾੜੀ ਹੁੰਦੀ ਜਿਸ ਦੇ ਕਰਕੇ ਤੁਹਾਨੂੰ ਆਪਣਾ ਜਾਨ ਵੀ ਜਾ ਸਕਦੀ ਤੁਹਾਡੀ ਇਸ ਕਰਕੇ ਇਸ ਦਵਾਈ ਨੂੰ ਸਵੇਰੇ ਖਾਓ ਐਂਡ ਥੋੜਾ ਧਿਆਨ ਰੱਖੋ ਆਪਣੇ ਸਿੰਪਟਮਸ ਹੈਗੇ ਤੁਹਾਨੂੰ ਇਹ ਸਿੰਪਟਮਸ ਨਾ ਹੋਣ ਤੇ ਜਿਹੜੇ ਮਰੀਜ਼ ਜਿਹੜੇ ਦਵਾਈ ਖਾਂਦੇ ਨੇ ਉਹਨਾਂ ਨੂੰ ਆਪਣੇ ਨਾਲ ਥੋੜੀ ਕੈਂਡੀ ਵਗੈਰਾ ਰੱਖਣੀ ਚਾਹੀਦੀ ਕਿ ਜਦੋਂ ਉਹਨਾਂ ਨੂੰ ਉਹ ਸਿੰਪਟਮਸ ਮਹਿਸੂਸ ਹੋਣ ਉਸੇ ਵੇਲੇ ਉਹ ਕੈਂਡੀ ਖਾ ਸਕਣ ਤੇ ਜੇ ਕਿਸੇ ਕੋ ਆਪਣਾ ਬਲੱਡ ਗਲੂਕੋਜ਼ ਚੈੱਕ ਕਰਨ ਦੀ ਮਸ਼ੀਨ ਲੱਗੇ ਆ ਤੇ ਆਪਣੀ ਮਸ਼ੀਨ ਵਿੱਚ ਚੈੱਕ ਕਰ ਸਕਦਾ ਆਪਣੀ ਗਲੂਕੋਜ਼ ਯੋ ਦੀ ਸੱਚੀ ਸ਼ੂਗਰ ਕਟਿਆ ਕਿ ਉਹਨੂੰ ਕਿਵੇਂ ਜੋ ਜੋ ਸਿੰਪਟਮਸ ਆਉਣ ਉਹਨੂੰ ਆਮ ਸੋ ਆਈ ਥਿੰਕ ਡਾਕਟਰ ਸੰਤੂ ਤੁਸੀਂ ਇੱਕ ਗੱਲ ਬੜੀ ਪੁਆਇੰਟ ਆਊਟ ਕੀਤੀ ਜਿਹੜੀ ਆਈ ਥਿੰਕ ਈ ਵਿਊਅਰਸ ਨੂੰ ਦਸਰੀ ਬੰਦੀ ਆ ਉਹ ਆ ਕਿ ਇਹ ਦਵਾਈ ਕੰਮ ਕਰਦੀ ਆ ਤੁਹਾਡੀ ਹੀ ਇਨਸੂਲਿਨ ਜਿਆਦਾ ਰਿਲੀਜ਼ ਕਰ ਹਾਂਜੀ ਸੋ ਜਿਹੜੇ ਲੋਕਾਂ ਦਾ ਪੈਂਕ੍ਰੀਆਸ ਫੇਲ ਹੋ ਜਾਂਦਾ ਜਿਨ੍ਹਾਂ ਦੇ ਜਿਹੜਾ ਤਿੰਨ ਚਾਰ ਦਵਾਈਆਂ ਤੇ ਹੁੰਦੇ ਆ ਯੂਜੂਲੀ ਇਹ ਦਵਾਈ ਉਹਨਾਂ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਕਰ ਰਹੀ ਹੁੰਦੀ ਕਿਉਂਕਿ ਪੈਂਕ੍ਰੀਆਸ ਉਹਨਾਂ ਦਾ ਫੇਲ ਹੋਇਆ ਹੁੰਦਾ ਪਰ ਇਹਦੇ ਸਾਈਡ ਇਫੈਕਟਸ ਉਹਨਾਂ ਨੂੰ ਜਰੂਰ ਹੁੰਦੇ ਆ ਸੋ ਬੀ ਕੇਅਰਫੁਲ ਜੇ ਤੁਸੀਂ ਯੂ نو ਤੁਹਾਡਾ ਐਚਬੀਏ1ਸੀ 9 10 ਤੇ ਰਹਿੰਦਿਆ ਤੁਸੀਂ ਅੱਗੇ ਤਿੰਨ ਮੈਡੀਕੇਸ਼ਨਸ ਖਾ ਰਹੇ ਹੋ ਤੇ ਮੋਸਟ ਲਾਈਕਲੀ ਜਿਹੜਾ ਸਲਫਨਯੂਰੀਆ ਤੁਸੀਂ ਖਾ ਰਹੇ ਹੋ ਇਸੀ ਤੁਹਾਡੀ ਕੱਢ ਸਕਦੇ ਆ ਤੇ ਕੋਈ ਅਸਰ ਫਰਕ ਨਹੀਂ ਪਾਊਗਾ ਆ ਬਾਕੀ ਆ ਕੁਝ ਐਸੀਆ ਦਵਾਈਆਂ ਮਾਰਕੀਟ ਦੇ ਉੱਤੇ ਆਈਆਂ ਸਾਡੇ ਕਾਰਡੀਓਲੋਜੀ ਵਰਲਡ ਵਿੱਚ ਕਾਫੀ ਐਕਸਾਈਟਮੈਂਟ ਸ਼ੁਰੂ ਹੋਈ ਆ ਉਹਨਾਂ ਚੀਜ਼ਾਂ ਕਰਕੇ ਕਿਉਂਕਿ ਫਾਰ ਦਾ ਫਰਸਟ ਟਾਈਮ ਐਸੀਆਂ ਮੈਡੀਕੇਸ਼ਨਾਂ ਆਈਆਂ ਜਿਹੜੀਆਂ ਕਿ ਲੋਕਾਂ ਦੀ ਜ਼ਿੰਦਗੀ ਵਧਾ ਰਹੀਆਂ ਨਾਟ ਜਸ ਕਿ ਕਿਸੇ ਨੂੰ ਡਾਇਬੀਟਿਸ ਹੈ ਜਾਂ ਹਾਰਟ ਡਿਜ਼ੀਜ਼ ਹੈ ਭਾਵੇਂ ਦੋਵੇਂ ਚੀਜ਼ਾਂ ਨਹੀਂ ਹੈਗੀਆਂ ਐਸੀਆਂ ਡਾਇਬੀਟਿਕ ਮੈਡੀਕੇਸ਼ਨਸ ਆ ਰਹੀਆਂ ਵਾਂ ਜਿਹੜੀਆਂ ਕਿ ਲੋਕਾਂ ਦੀ ਜ਼ਿੰਦਗੀ ਵਧਾ ਰਹੀਆਂ ਔਰ ਮੇਰੇ ਲਈ ਇਹ ਵੱਡੀ ਗੱਲ ਹੈ ਕਿਉਂਕਿ ਮੈਂ ਆਪ ਮੇਰੀ ਰਿਸਰਚ ਦੇ ਇਹਦੇ ਉੱਪਰ ਆ ਮੈਂ ਕਰ ਰਿਹਾ ਨਾਲੇ ਜਿੱਦਾਂ ਅਸੀਂ ਇੰਡੀਆ ਵਿੱਚ ਗਏ ਸੀ ਕੈਂਪ ਦੇ ਵਿੱਚ ਉਹ ਅਸੀਂ ਇਹੋ ਹੀ ਦਵਾਈ ਆਪਣੇ ਉੱਥੇ ਦੇ ਕੇ ਆਏ ਸਾਕੋ ਕਾਫੀ ਕੋਸਟਲੀ ਆ ਇਹ ਤਾਂ ਕਿ ਅਗੇਨ ਉਹੀ ਉਹ ਹੀ ਆ ਜਾਂਦਾ ਦੀ ਦਵਾਈ ਤੇ ਹੈਗੀ ਆ ਪਰ ਲੋਕਾਂ ਤੱਕ ਲੋਕਾਂ ਤੱਕ ਨਹੀਂ ਪਹੁੰਚਦੀ ਕਿਉਂਕਿ ਇੰਸ਼ੋਰੈਂਸ ਨਾਲ ਤਾਂ ਉਹ ਉਹਨਾਂ ਦੀ ਮਿਲਦੀ ਨਹੀਂ ਆ ਸਰਟੀਫਿਕੇਸ਼ਨ ਅ ਅਮੀਰਾਂ ਲਈ ਉਹ ਜ਼ਰੂਰ ਓਪਨ ਆ ਪਰ ਗਰੀਬਾਂ ਲਈ ਨਿਊ ਵਰਕ ਮੈਂ ਜਿੱਥੇ ਕੰਮ ਕਰਦਾ ਉੱਤੇ ਸਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਇਹ ਦਵਾਈਆਂ ਉਹਨਾਂ ਤੱਕ ਲੈ ਕੇ ਜਾਣ ਲਈ ਔਰ ਇਹਨਾਂ ਚੋਂ ਜਿਹੜੀ ਨੰਬਰ 1 ਦਵਾਈ ਆ ਉਹ ਐਸਜੀਐਲਟੀ ਟੂ ਇਨヒਬਿਟਰ ਜਿਹੜੀ ਕਿ ਹੁਣੇ ਮਾਰਕੀਟ ਦੇ ਉੱਤੇ ਰਿਲੀਜ਼ ਹੋਈ ਆ ਅ ਸੋ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਹਣਾ ਹਾਂ ਜੀ ਨਹੀਂ ਇਹ ਤੁਸੀਂ ਐਸਜੀਐਲਡੀ 2 ਇਨਬੇਟਰ ਜਿਵੇਂ ਅੱਜ ਤੁਸੀਂ ਦੱਸਿਆ ਰਿਸਰਚ ਦੇ ਨਾਲ ਬਹੁਤ ਹੀ ਵਧੀਆ ਦਾ ਮੋਟੈਲਿਟੀ ਰਿਡਕਸ਼ਨ ਆ ਨਾਰਮਲੀ ਜਿਹੜੇ ਪੇਸ਼ੈਂਟ ਕੀ ਕਾਰਡੀਆਕ ਜਿਨ੍ਹਾਂ ਨੂੰ ਪ੍ਰੋਬਲਮਸ ਨੇ ਐਂਡ ਸ਼ੂਗਰ ਜਿਨ੍ਹਾਂ ਨੂੰ ਹੋਵੇ ਉਹਨਾਂ ਨੂੰ ਤੇ ਦੋ ਗੁਣਾ ਚਾਂਸਸ ਹੁੰਦੇ ਕਿ ਉਹਨਾਂ ਲਈ ਬਹੁਤ ਵਧੀਆ ਰੋਗੀ ਏ ਇਹਦਾ ਇਹਦਾ ਵੀ ਜਿਵੇਂ ਇੱਕ ਕੰਮ ਕਰਦੀ ਆ ਤੁਹਾਡੀ ਕਿਡਨੀਜ਼ ਦੇ ਉੱਤੇ ਤੁਹਾਡੀ ਕਿਡਨੀਜ਼ ਦੇ ਵਿੱਚ ਗਲੂਕੋਜ਼ ਜ਼ਿਆਦਾ ਮੀਨਿੰਗ ਸੈਕ੍ਰੀਟ ਕਰਦੀ ਆ ਯੂਰੀਨ ਦੇ ਵਿੱਚ ਅਨੋਧੇ ਕਰਕੇ ਤੁਹਾਨੂੰ ਕੁਝ ਹੋਰ ਪ੍ਰੋਬਲਮ ਹੋ ਸਕਦੀਆਂ ਪਰ ਉਹ ਇੱਕ ਦਾ ਬਾਕ ਛੋਟਾ ਫੈਕਟਰ ਆ ਬੜੇ ਦਵਾਈ ਦੇ ਬੈਨੀਫਿਟਸ ਬਹੁਤ ਜ਼ਿਆਦੇ ਨੇ ਪਰ ਦੂਜਾ ਪੁਆਇੰਟ ਤੁਸੀਂ ਕੀਤਾ ਕਿ ਇਹ ਦਵਾਈ ਜਿੰਵੇਂ ਮਹਿੰਗੀ ਹੁੰਦੀ ਆ ਐਂਡ ਪ੍ਰੈਸਕ੍ਰਾਈਬ ਨਹੀਂ ਕਰ ਪਾਉਂਦੇ ਸੀ ਕਿਉਂਕਿ ਇਹ ਅਪਰੂਵ ਨਹੀਂ ਹੁੰਦੀ ਇੰਸ਼ੋਰੈਂਸ ਵੱਲੋਂ ਇੱਕ ਉਹ ਵੀ ਆ ਬਾਕੀ ਜਿਹੜੇ ਆਪਣੇ ਮੈਂ ਨੋਟਿਸ ਕੀਤਾ ਕਿ ਜਿਹੜੇ ਪੁਰਾਣੇ ਫਿਜ਼ੀਸ਼ੀਅਨਸ ਨੇ ਪੁਰਾਣੇ ਡਾਕਟਰਸ ਨੇ ਉਹ ਵੀ ਇਹਨੂੰ ਝਿਜਕਦੇ ਨੇ ਜਾਂ ਉਹਨਾਂ ਨੂੰ ਇਹਨਾਂ ਐਕਸਪੀਰੀਐਂਸ ਨਹੀਂ ਹੈਗਾ ਦਵਾਈ ਦੇ ਨਾਲ ਉਹ ਇਹ ਨਹੀਂ ਕਰਦੇ ਨਹੀਂ ਆ ਪ੍ਰੈਸਕ੍ਰਾਈਬ ਉਹ ਵੀ ਆਪਣੇ ਕਮਿਊਨਿਟੀ ਦੇ ਵਿੱਚ ਸਾਨੂੰ ਥੋੜੀ ਜਾਗਰੂਕਤਾ ਹੋਣੀ ਚਾਹੀਦੀ ਕਿ ਜਿਹੜੇ ਪੇਸ਼ੈਂਟਸ ਨੂੰ ਇਹਨਾਂ ਮੋਟੈਲਿਟੀ ਬੈਨੀਫਿਟ ਆ ਉਹਨਾਂ ਨੂੰ ਇਹ ਪ੍ਰੈਸਕ੍ਰਾਈਬ ਹੋਵੇ ਉਹਨਾਂ ਕੋਲ ਜੇ ਇੰਸ਼ੋਰੈਂਸ ਹੈਗੀ ਆ ਉਹਦੇ ਡੈਫੀਨਿਟਲੀ ਇਹਦੇ ਐਲੀਜੀਬਲ ਨੇ ਤੇ ਆਪਾਂ ਨੂੰ ਐਜ਼ ਅ ਕਮਿਊਨਿਟੀ ਇਹ ਜਾਰੀ ਜਾਗਰੂਕਤਾ ਲੋੜ ਆ ਕਿ ਇਹ ਦਵਾਈ ਜਾਰਾ ਚੱਲੇ ਲੋਕਾਂ ਦੇ ਵਿੱਚ ਐਂਡ ਜਿਹੜੀ ਇਹ ਮੈਂ ਸਾਈਡ ਇਫੈਕਟਸ ਦੀ ਗੱਲ ਕਰਦਾ ਪਿਆ ਸੀ ਜੇ ਕਈ ਲੋਕਾਂ ਨੂੰ ਕਦੀ ਕਦੀ ਇਹਨਾਂ ਦੇ ਕਰਕੇ ਇਹਨਾਂ ਨੂੰ ਯੂਰੀਨਰੀ ਇਨਫੈਕਸ਼ਨ ਹੋ ਸਕਦੀ ਆ ਜਿਹੜੇ ਮੇਨ ਨੇ ਨੇ ਬਾਕੀ ਰਿਸਰਚ ਨੇ ਕਈ ਸ਼ੋ ਕੀਤਾ ਕਿ ਕਦੀ ਹੋਰ ਜਿਹੜੇ ਬਹੁਤ ਹੀ ਐਡਵਰਸ ਸਾਈਡ ਇਫੈਕਟਸ ਨੇ ਉਹ ਇਹਨੇ ਆਮ ਨਹੀਂ ਹੈਗੇ ਲੋਕੀ ਨਾ ਡਰਨ ਉਹਨਾਂ ਚੀਜ਼ਾਂ ਕਰਕੇ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਇਸ ਵੇਲੇ ਬਟ ਇਸ ਦਵਾਈ ਦੇ ਜਿਆਦਾ ਮੋਟੈਲਿਟੀ ਬੈਨੀਫਿਟ ਜਿਹੜਾ ਹੈਗੇ ਨੇ ਤੁਹਾਨੂੰ ਰਿਸਰਚ ਦੇ ਨੰਬਰਸ ਦੇ ਵਿੱਚ ਜਿਹੜੇ ਆਪਾਂ ਗੱਲ ਕਰਦੇ ਆ ਉਹ ਬਹੁਤ ਹੀ ਵਧੀਆ ਨੇ ਤੇ ਲੋਕੀ ਜੇ ਜਾਣਦੇ ਨੇ ਆਪਣੇ ਡਾਕਟਰ ਕੋਲ ਜਿਹਨਾਂ ਨੂੰ ਦੋਵੇਂ ਪ੍ਰੋਬਲਮਸ ਨੇ ਹਾਰਟ ਦੀ ਪ੍ਰੋਬਲਮ ਆ ਕਿਡਨੀਜ਼ ਦੀ ਪ੍ਰੋਬਲਮ ਆ ਜਾਂ ਕੱਲੀ ਹਾਰਟ ਦੀ ਵੀ ਆ ਜਿਨ੍ਹਾਂ ਨੂੰ ਪੁਰਾਣੇ ਹਾਰਟ ਅਟੈਕ ਹੋਏ ਨੇ ਜਾਂ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਆ ਉਹ ਆਪਣੇ ਪ੍ਰਾਇਮਰੀ ਕੇਅਰ ਨਾਲ ਡਿਸਕਸ ਕਰਨ ਕਿ ਮੈਨੂੰ ਜੇ ਇਹ ਦਵਾਈ ਮੈਂ ਲਾ ਸਕਦਾ ਕਿ ਨਹੀਂ ਲਾ ਸਕਦਾ ਜੇ ਉਹਨਾਂ ਨੂੰ ਡਾਇਬੀਟਿਸ ਨਾ ਵੀ ਹੋਵੇ ਯਾ ਆਈ ਥਿੰਕ ਅਗੇਨ ਨੋਟ ਡਾਊਨ ਕਰ ਲਓ ਦਵਾਈ ਆ ਐਸਜੀਐਲਟੀ2 ਇਨਹਿਬਿਟਰ ਡੈਪਾਫਲੋਜ਼ਨ ਐਮਪਾਫਲੋਜ਼ਨ ਕੁਝ ਦਵਾਈਆਂ ਜਿਨ੍ਹਾਂ ਦੇ ਨਾਮ ਆ ਬਹੁਤ ਹੀ ਜ਼ਿਆਦਾ ਚੰਗੇ ਅਸਰ ਹੈ ਇਹਨਾਂ ਦੇ ਭਾਰ ਘਟਾਉਂਦੀਆਂ ਲੋਕਾਂ ਦੇ ਹਾਰਟ ਪ੍ਰੋਟੈਕਟਿਵ ਆ ਇਵਨ ਹਾਰਟ ਫੇਲਿਅਰ ਜਿਹਨੂੰ ਨਾ ਵੀ ਹੋਵੇ ਉਹਨੂੰ ਵੀ ਅਸੀਂ ਦੇਣ ਲੱਗ ਪਏ ਆ ਇਸ ਤਰ੍ਹਾਂ ਕਿ ਜਿਹਨੂੰ ਡਾਇਬੀਟਿਸ ਵੀ ਨਹੀਂ ਆ ਹਾਰਟ ਫੇਲਿਅਰ ਉਹਨਾਂ ਨੂੰ ਵੀ ਦੇਣ ਲੱਗ ਪਏ ਕਿਉਂਕਿ ਜ਼ਿੰਦਗੀ ਵਧਾ ਰਹੀਆਂ ਵਾ ਸੋ ਪਰ ਪ੍ਰੋਬਲਮ ਇਹ ਆ ਕਿ ਪੁਰਾਣੇ ਡਾਕਟਰ ਉਹ ਰਿਲਕਟੈਂਟ ਆ ਨਵੀਆਂ ਚੀਜ਼ਾਂ ਨੂੰ ਟਰਾਈ ਕਰਨ ਨੂੰ ਇਸ ਲਈ ਉਹ ਪ੍ਰਸਕ੍ਰਾਈਬ ਨਹੀਂ ਕਰ ਰਹੇ ਪਰ ਜੇ ਤੁਸੀਂ ਆਪਣੇ ਡਾਕਟਰ ਕੋਲ ਜਾਓਗੇ ਤੁਸੀਂ ਇਹਦੇ ਬਾਰੇ ਪੁੱਛੋਗੇ ਹੋ ਸਕਦਾ ਤੁਹਾਨੂੰ ਉਹ ਰეკਮੈਂਡ ਕਰ ਔਰ ਇਹ ਚੀਜ਼ ਮੈਂ ਕਿਸੇ ਵੀ ਐਚਬੀਓ ਵਾਲ ਸੀਤੇ ਰეკਮੈਂਡ ਕਰਦਾ ਕਿਉਂਕਿ ਐਚਬੀਓ ਸੀ ਇਨੀ ਡ੍ਰੌਪ ਨਹੀਂ ਕਰਦੀ ਸੋ ਭਾਵੇਂ ਤੁਹਾਡੀ 7 ਆ 7.5 ਆ 8 ਆ ਇਹ ਦਵਾਈ ਜ਼ਰੂਰ ਲਓ ਅਗੇਨ ਆਈ ਥਿੰਕ ਇਹਦਾ బిਗੈਸਟ ਸਾਈਡ ਇਫੈਕਟ ਜਿਹੜਾ ਉਹ ਫੰਗਲ ਇਨਫੈਕਸ਼ਨਸ ਦੇ ਕਿਹਾ ਜਾ ਰਿਹਾ ਅਗੇਨ ਉਹਦਾ ਟ੍ਰੀਟਮੈਂਟ ਬਹੁਤ ਈਜ਼ੀ ਆ ਔਰਲ ਤੁਸੀਂ ਐਂਟੀਫੰਗਲ ਲੈ ਸਕਦੇ ਜੋ ਹਾਂਜੀ ਆ ਬਾਕੀ ਆ ਜਿਹੜੀ ਉਹਦੀ ਹੋਰ ਜਿਹੜੀ ਚੀਜ਼ ਆ ਆਈ ਥਿੰਕ ਜਿਹੜੀ ਜਿਹੜੀ ਅਵੇਅਰਨੈਸ ਆ ਅਗੇਨ ਪ੍ਰੋਟੈਕਟ ਦ ਹਾਰਟ ਇਹ ਤੁਹਾਡੇ ਹਾਰਟ ਦੇ ਲਈ ਬਹੁਤ ਚੰਗੀ ਆ ਆ ਬਾਕੀ ਇੰਨਾ ਹੀ ਐਸਜੀਐਲਟੀ2 ਵਾਂਗੂਆ ਜੀਐਲਪੀ1 ਐਗੋਨਿਸਟ ਹਾਂਜੀ ਉਹਨਾਂ ਬਾਰੇ ਵੀ ਬਹੁਤ ਜ਼ਿਆਦੀ ਐਕਸਾਈਟਮੈਂਟ ਆ ਉਹਨਾਂ ਬਾਰੇ ਤੁਸੀਂ ਥੋੜਾ ਜਿਹਾ ਜੇ ਤੁਸੀਂ ਦੱਸ ਸਕਦੇ ਸਾਨੂੰ ਹਾਂਜੀ ਜੀਐਲਪੀ1 ਐਗੋਨਿਸਟ ਉਹ ਕੰਮ ਕਰਦੇ ਨੇ ਤੁਹਾਡੇ ਸਟਮਕ ਦੇ ਉੱਤੇ ਜਿਵੇਂ ਹੁਣ ਤੁਸੀਂ ਕੁਝ ਖਾਂਦੇ ਹੋ ਤੇ ਤੁਹਾਨੂੰ ਬੋਡੀ ਨੂੰ ਜੇ ਸਟਮਕ ਦੇ ਵਿੱਚ ਚੀਜ਼ ਜ਼ਿਆਦਾ ਚੱਲ ਰਵੇ ਤੇ ਤੁਹਾਡਾ ਜਿਹੜਾ ਮਨ ਜਾਂ ਤੁਹਾਡੀ ਜਿਹੜੀ ਭੁੱਖ ਨਹੀਂ ਲੱਗਦੀ ਤੁਹਾਨੂੰ ਇਹ ਨਿਚੇਤੀ ਇਸੇ ਦਵਾਈ ਤੁਹਾਨੂੰ ਭੁੱਖ ਨਾ ਲੱਗਣ ਲਈ ਕੰਮ ਆਉਂਦੀ ਹੈ ਜ਼ਿਆਦਾ ਐਂਡ ਉਹਦੇ ਇਹ ਜਿਹੜਾ ਐਨਜ਼ਾਈਮ ਹੁੰਦਾ ਉਹ ਲਈ ਕੰਮ ਕਰਦੀ ਜੀਐਲਪ1 ਐਗੋਨਿਸ ਇਹਦੇ ਐਗਜ਼ਾਮਪਲਸ ਨੇ ਲੀਰੈਗਲੂਟਾਈਡ ਇਹਨੇ ਦਾ ਇੱਕ ਇਹ ਫਾਇਦਾ ਹੈ ਕਿ ਇਹ ਤੁਹਾਨੂੰ ਰੋਜ਼ ਖਾਣ ਦੀ ਲੋੜ ਨਹੀਂ ਇਹਦੇ ਇੰਜੈਕਸ਼ਨ ਆਉਂਦੇ ਨੇ ਜਿਹੜਾ ਤੁਸੀਂ ਹਫ਼ਤੇ 'ਚ ਇੱਕ ਵਾਰੀ ਲਾਉਣਾ ਹੁੰਦਾ ਬਸ ਐਂਡ ਉਹਦੇ ਕਰਕੇ ਇਹ ਬਹੁਤ ਹੀ ਕਨਵੀਨੀਅੰਟ ਦਵਾਈ ਆ ਆਪਣੇ ਮਰੀਜ਼ਾਂ ਲਈ ਜਿਹਨੂੰ ਪ੍ਰੈਸਕ੍ਰਾਈਬ ਕਰਨ ਨੂੰ ਕਿਉਂਕਿ ਜੇ ਤੁਹਾਨੂੰ ਲੋਕਾਂ ਨੂੰ ਕਈਨਾਂ ਹੁੰਦਾ ਕਿ 10 ਦਵਾਈਆਂ ਖਾਂਦੇ ਨੇ ਐਟਲੀਸ ਜੇ ਤੁਸੀਂ ਉਹਨਾਂ ਦੀ ਹੈਲਪ ਕਰ ਸਕੋ ਇੱਕ ਦਵਾਈ ਘਟਾਉਣ ਦੇ ਉਹ ਇਸ ਚੀਜ਼ ਲਈ ਬੜੇ ਬਹੁਤ ਹੀ ਹੈਲਪਫ ਹੋਊਗੀ ਲੋਕਾਂ ਦੀ ਕੰਪਲਾਈਂਸ ਵਧਾਉਣ ਨੂੰ ਆਪਾਂ ਕਹਿੰਦੇ ਐਜ਼ ਅ ਮੈਡੀਕਲ ਟਰਮ ਦੇ ਵਿੱਚ ਕਿ ਲੋਕੀ ਜ਼ਿਆਦਾ ਚਿਰ ਆਪਣੀਆਂ ਸਾਰੀਆਂ ਦਵਾਈਆਂ ਖਾਣ ਤੇ ਆਪਣੀ ਹੈਲਥ ਨੂੰ ਬੈਨੀਫਿਟ ਦੇ ਸਕਣ ਉਹ ਚੀਜ਼ਾਂ ਦਾ ਬਾਕੀ ਇਹਦਾ ਸਾਈਡ ਇਫੈਕਟ ਨਾਰਮਲੀ ਇਹਦਾ ਇਹੀ ਹੈ ਕਿ ਇੱਕ ਜਿਹਨੂੰ ਕਹਿ ਸਕਦੇ ਆਪਾਂ ਆਪਕੇ ਸਾਈਡ ਇਫੈਕਟ ਦਾ ਜਵੇਂ ਨੌਜ਼ੀਆ ਵੀ ਹੁੰਦਾ ਆ ਹਾਈਪੋਗਲਾਈਸੇਮੀਆ ਵੀ ਕਰ ਸਕਦੀ ਆ ਇਹ ਪਰ ਬਹੁਤ ਘੱਟ ਚਾਂਸਸ ਨੇ ਦੇ ਨੇ ਪਰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਨੇ ਕਿਉਂਕਿ ਇਹ ਤੁਹਾਨੂੰ ਇੱਕੋ ਵਾਰੀ ਹਫ਼ਤੇ ਚ ਚਲਾਉਣੀ ਪੈਂਦਾ ਇੰਜੈਕਸ਼ਨ ਆਈ ਥਿੰਕ ਜਿਹੜੀ ਇੱਕ ਪੋਪੂਲੇਸ਼ਨ ਹੈ ਜਿਹਨੂੰ ਮੈਂ ਰეკਮੈਂਡ ਨਹੀਂ ਕਰਦਾ ਉਹ ਆ ਜਿਹਨਾਂ ਦਾ ਗਟ ਮੋਟਿਲਿਟੀ ਸਲੋ ਆ ਜਿਨ੍ਹਾਂ ਦਾ ਰੋਟੀ ਥੱਲੇ ਨਹੀਂ ਜਾਂਦੀ ਜਿਆਦੀ ਤੇਜ਼ ਜਿਹਨੂੰ ਅਸੀਂ ਗੈਸਟ੍ਰੋਪ੍ਰੀਸੀਸ ਕਹਿੰਦੇ ਆ ਉਹ ਪੇਸ਼ੈਂਟ ਪੋਪੂਲੇਸ਼ਨ ਵਿੱਚ ਇਹ ਦਵਾਈ ਕਿਉਂਕਿ ਇਹ ਤੁਹਾਡੀ ਗਲਕ ਮਿਟਿਲਿਟੀ ਹੋਰ ਸਲੋ ਕਰ ਦਿੰਦੀ ਆ ਤੁਹਾਨੂੰ ਨੌਜ਼ੀਆ ਤੁਹਾਨੂੰ ਸਿਰ ਦਰਦ ਲੱਗਦਾ ਜਿਵੇਂ ਉੱਟੀ ਹੋਣ ਦੀ ਹਾਂ ਮਨ ਪਰੇ ਦੀ ਉਹ ਉਹ ਪੋਪੂਲੇਸ਼ਨ ਵਿੱਚ ਇਹ ਚੀਜ਼ ਨਹੀਂ ਰეკਮੈਂਡ ਕਰਦੀ ਬਟ ਅਗੇਨ ਮੈਂ ਯੂ نو ਬਾਕੀ ਦਵਾਈਆਂ ਆਪਾਂ ਅਗਲੇ ਕਿਸੇ ਐਪੀਸੋਡਸ ਵਿੱਚ ਕਵਰ ਕਰ ਲਾਂਗੇ ਪਰ ਮੇਨ ਦਵਾਈਆਂ ਮੈਂ ਕਵਰ ਕਰ ਲਿਆ ਇਹ ਸਾਰੀਆਂ ਮੇਨ ਆਹੀ ਨੇ ਔਰ ਆਈ ਥਿੰਕ ਮੈਟਫਾਰਮਿਨ ਸਲਫਨਯੂਰੀਆਜ਼ ਐਸਜੀਐਲਟੀ2 ਇਨヒਬੀਟਰਸ ਐਂਡ ਜੀਐਲਪੀ1 ਐਗੋਨਿਸ ਜਿਹੜੇ ਨਵੀਆਂ ਮਾਰਕੀਟ ਤੇ ਆ ਆਖਰੀ ਦੋ ਜਿਹੜੀਆਂ ਮੈਂ ਕਹੀਆਂ ਇੰਨਾ ਬਾਰੇ ਜ਼ਰੂਰ ਆਪਣੇ ਡਾਕਟਰਸ ਨਾਲ ਡਿਸਕਸ ਕਰੋ ਆ ਬਾਕੀ ਯੂ نو ਅਗੇਨ ਕੰਟੀਨਿਊ ਬਲੱਡ ਪ੍ਰੈਸ਼ਰ ਰੋਜ਼ ਚੈੱਕ ਕਰੋ 슈ਗਰ ਆਪਣੀ ਜ਼ਰੂਰਤ ਚੈੱਕ ਕਰੋ ਐਚਬੀਏ1ਸੀ ਚੈੱਕ ਕਰਾਓ ਡਾਕਟਰਸ ਦੇ ਵਿਜ਼ਿਟਸ ਤੁਹਾਡੀਆਂ ਜ਼ਰੂਰੀ ਹੋਣੇ ਚਾਹੀਦੀਆਂ ਆ ਬਾਕੀ ਜਾਂਦੇ ਹਾਂ ਮੈਂ ਇਹੋ ਗੱਲ ਕਰੂੰਗਾ ਆਪਣੇ ਮੁੱਦੇ ਪਛਾਣੋ ਤੁਹਾਡੀਆਂ ਇੰਪੋਰਟੈਂਟ ਮੁੱਦੇ ਕਿਹੜੇ ਆ ਮੁੱਦੇ ਤੁਹਾਡੇ ਇਹ ਨਹੀਂ ਆ ਕਿ ਯੂ نو ਮੀਟ ਖਾਣਾ ਕਿ ਨਹੀਂ ਖਾਣਾ ਗੁਰਦੁਆਰੇ ਜਾਣਾ ਕਿ ਨਹੀਂ ਜਾਣਾ ਪਰ ਮੁੱਦੇ ਤੁਹਾਡੇ ਇਹ ਆ ਕਿ ਗੁਰਦੁਆਰੇ ਦੇ ਵਿੱਚ ਸਕੂਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਗੁਰਦੁਆਰੇ ਦੇ ਵਿੱਚ ਸਕੂਲ ਬਣਾਈ ਸੀ ਉਹ ਸਕੂਲ ਸਾਡੇ ਤੇ ਪਬਲਿਕ ਸਕੂਲ ਹੀ ਖਤਮ ਹੋ ਗਏ ਗੁਰਦੁਆਰੇ ਵਿੱਚ ਸਕੂਲ ਕਿੱਥੇ ਜਾਣੇ ਆ ਸੋ ਸਕੂਲ ਬਣਾਓ ਐਜੂਕੇਸ਼ਨ ਆਪਣੀ ਉੱਪਰ ਲੈ ਕੇ ਜਾਈਏ ਆਪਣੇ ਮੁੰਡੇ ਡੀਸੀ ਬਣਾਈਏ ਐਸ ਆਫੀਸਰ ਬਣਾਈਏ ਡਾਕਟਰ ਬਣਾਈਏ ਕਿ ਆਪਣੀ ਕਮਿਊਨਿਟੀ ਦੀ ਉਹ ਹੈਲਪ ਕਰ ਸਕਣ ਆ ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਅੱਜ ਦਾ ਸ਼ੋਅ ਖਤਮ ਕਰਦਾ ਆ ਬਾਕੀ ਥੈਂਕ ਯੂ ਸੰਧੂ ਸਾਹਿਬ ਆਪਾਂ ਫੇਰ ਕੰਟੀਨਿਊ ਕਰਾਂਗੇ ਕਿਸੇ ਮੋਰ ਹਫਤੇ ਲੇਕਿਨ ਬਾਕੀ ਮੈਡੀਕੇਸ਼ਨਸ ਦੇ ਉੱਪ ਸੋ ਸਤਿ ਸ੍ਰੀ ਅਕਾਲ ਜੀ